सत श्री अकाल। तुसीं देख रहे हो तख्त पंजाब। मैं तुहाडे नाल सुखविंदर सिंह, मेरे नाल साबका आईएएस सरदार गुरतेज सिंह जी मौजूद है। स्वागत है तुहाडा सरदार साहब। थैंक यू सुखविंदर जी, सत श्री अकाल। सत श्री अकाल सरदार साहब। सवाल अकाली दल नूं बचाउण दा हो रहा है, लगातार हो रहा है। जदों तों अकाली दल दी सरकार जिहड़ी आ हाशिए ते चली गई, ते उस तो बाद तीन सिर्फ सीटा रह गई विधानसभा दे पंजाब दे विच, ते जिन्ना झटका दिल्ली तो मिलिया जा हरियाणे तो मिलिया, ये लगातार झटके ते झटका आ। जिहड़े चाहुंदे ने कि पंथक सियासत दी वापसी होवे, ओह कहिंदे ने कि अकाली दल चों बादल परिवार नूं बाहर कीता जावे। बादल परिवार कहिंदा कि अकाली दल नूं बचाउण दी जरूरत आ। ਜਿਹੜੇ ਇਹਨਾਂ ਦੇ ਵਿਰੋਧੀ ਨੇ ਜਾਂ ਕਹਿ ਲਓ ਕਿ ਜਿਹੜੇ ਕਹਿੰਦੇ ਨੇ ਕਿ ਅਸੀਂ ਪੰਥਕ ਸਿਆਸਤ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ, ਜਿਹੜਾ ਨਿਗਾਰ ਕਹਿੰਦੇ ਬਾਦਲਾਂ ਨੇ ਲਿਆਂਦਾ, ਉਹ ਕਹਿੰਦੇ ਨੇ ਕਿ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ ਪੈਣਾ। ਇਹ ਸਾਰੇ ਸਵਾਲ ਨੇ। ਜਦੋਂ ਅਸੀਂ ਕੇਂਦਰ ਦੇ ਨਾਲ ਗੱਲਬਾਤ ਆਪਣੀ ਰੱਖਣੀ ਹੈ, ਪੰਦੀਪ ਸਿੰਘਾਂ ਦੀ ਗੱਲ ਕਰਨੀ ਹੈ, ਤਾਂ ਵਾਰ ਵਾਰ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਆਖਿਰਕਾਰ ਉਹਨਾਂ ਨੂੰ ਆਪਣੀ ਗੱਲ ਸਮਝਾਉਣ ਦੇ ਵਿੱਚ ਕਮੀ ਕਿੱਥੇ ਰਹਿੰਦੀ ਹੈ ਕਿ ਸਾਨੂੰ ਮੋਰਚੇ ਲਾਉਣੇ ਪੈਂਦੇ ਨੇ। ਸਾਡੇ ਕਈ ਮੋਰਚੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਬੇਅਦਬੀ ਮਸਲੇ ਗੋਲੀਕਾਂਡ ਤੱਕ ਲੱਗ ਚੁੱਕੇ ਨੇ, ਪਰ ਕੋਈ ਵੀ ਆਪਣੇ ਅੰਜਾਮ ਤੱਕ ਨਹੀਂ ਪਹੁੰਚਿਆ। ਜਦੋਂ 40 ਮੁਕਤਿਆਂ ਦੀ ਧਰਤੀ ਤੇ ਸਿਮਰਨਜੀਤ ਸਿੰਘ ਮਾਨ ਵੀ ਸਟੇਜ ਤੋਂ ਸੰਬੋਧਨ ਕਰਦੇ ਨੇ ਕਿ 2024 ਦੇ ਲਈ ਕਮਰ ਕੱਸੇ ਕਰ ਲਓ, ਅੰਮ੍ਰਿਤਪਾਲ ਸਿੰਘ ਵੀ ਉੱਥੇ ਵਹੀਰ ਲਿਜਾ ਕੇ ਉੱਥੇ ਲੋਕਾਂ ਨੂੰ ਸੱਦਾ ਦਿੰਦੇ ਨੇ ਕਿ ਗੁਰੂ ਤੋਂ ਬੇਮੁੱਖ ਨਹੀਂ ਹੋਣਾ, ਤੁਸੀਂ ਵੀ ਜਿਹੜਾ ਜੇ ਮੁਕਤੀ ਚਾਹੁੰਦੇ ਹੋ ਤਾਂ ਗੁਰੂ ਦੇ ਚਰਨਾਂ 'ਚ ਲੱਗਣਾ, ਜਾਂ ਹੋਰ ਜੋ ਵੀ ਪੰਜਾਬ ਦੇ ਜੋ ਕੁਝ ਚੱਲ ਰਿਹਾ ਪੰਜਾਬ 'ਚ ਉਹਨੂੰ ਲੈ ਕੇ ਉਹ ਆਵਾਜ਼ ਚੁੱਕਦੇ ਨੇ। ਸੁਖਬੀਰ ਬਾਦਲ ਨੇ ਵੀ ਉੱਥੋਂ ਹੀ ਉਸੇ ਸਟੇਜ ਤੋਂ ਕਿਹਾ ਅਕਾਲੀ ਦਲ ਬਚਾ ਲਓ, ਅਕਾਲੀ ਦਲ ਬਚਾ ਲਓ, ਅਕਾਲੀ ਦਲ ਬਚਾ ਲਓ, ਲਗਾਤਾਰ ਇਹੀ ਗੱਲ ਵਾਰ ਵਾਰ ਉਹ ਹਰ ਵਾਰ ਕਹਿੰਦੇ ਨੇ। ਤਾਂ ਹੁਣ ਸਵਾਲ ਇੱਥੇ ਆਉਂਦਾ ਕਿ ਅਕਾਲੀ ਦਲ ਬਚਾਉਣਾ ਕਿਹਦੇ ਲਈ ਆ ਤੇ ਕਿਹਦੇ ਤੋਂ ਬਚਾਉਣਾ? ਸੁਖਵਿੰਦਰ ਜੀ, ਤੁਸੀਂ ਬਿਲਕੁਲ ਠੀਕ ਸਾਰੀਆਂ ਗੱਲਾਂ ਕਹੀਆਂ ਹਨ। ਜਿਹੜਾ ਵਾਰ ਵਾਰ ਇਹ ਕਹਿੰਦੇ ਨੇ ਅਕਾਲੀ ਦਲ ਬਚਾ ਲਓ ਬਚਾ ਲਓ, ਇਸ ਦੇ ਨਾਲ ਕੋਈ ਵੀ ਕੋਈ ਮੂਰਖ ਹੀ ਹੋਏਗਾ ਜੋ ਸਹਿਮਤ ਨਾ ਹੋਵੇ। ਲੇਕਿਨ ਅਕਾਲੀ ਦਲ ਕੀ ਹੈ ਪਹਿਲਾਂ ਤਾਂ ਇਹ ਦੱਸਣ ਸਾਨੂੰ। ਅਕਾਲੀ ਦਲ ਇੱਕ ਸਿਧਾਂਤ ਸੀ ਕਿ ਸਿੱਖੀ ਦਾ, ਸਿੱਖੀ ਦੇ ਉੱਤੇ ਜਿਹੜਾ ਕੋਈ ਹਮਲਾ ਹੋਏਗਾ ਅਕਾਲੀ ਉਸਦਾ ਮੁਕਾਬਲਾ ਕਰਨਗੇ, ਗੁਰਦੁਆਰਿਆਂ ਦੀ ਰੱਖਿਆ ਕਰਨਗੇ। ਜਿਹੜਾ ਇਹਨਾਂ ਦੇ ਅਧੀਨ ਅਕਾਲੀ ਦਲ ਰਿਹਾ ਜਿੰਨੀ ਦੇਰ ਜਿੰਨੇ ਵੀ ਸਿੱਖੀ ਦੇ ਉੱਤੇ ਹਮਲੇ ਹੋਏ ਨੇ, ਨਿਰੰਕਾਰੀਆਂ ਦਾ ਲੈ ਲਓ, ਰਾਧਾ ਸਵਾਮੀ ਇਹਨਾਂ ਦਾ, ਸਰਸੇ ਵਾਲਿਆਂ ਦਾ ਲੈ ਲਓ, ਪਨਿਆਰੇ ਵਾਲਿਆਂ ਦਾ ਲੈ ਲਓ, ਜਲੰਧਰ ਵਾਲਿਆਂ ਦਾ ਲੈ ਲਓ, ਆਸ਼ੂਤੋਸ਼ ਦਾ ਲੈ ਲਓ, ਕਿਸੇ ਦਾ ਲੈ ਲਓ, ਉਹ ਇਹਨਾਂ ਦੇ ਪੈਰਾਂ ਕਰਕੇ ਇਹਨਾਂ ਦੀ ਮਿਹਰਬਾਨੀ ਕਰਕੇ ਹੋਇਆ। ਔਰ ਇਹਨਾਂ ਨੇ ਉਹਨਾਂ ਦੇ ਉੱਤੇ ਜਿਹੜੇ ਰੋਕਣ ਵਾਲੇ ਸੀ ਜਾਂ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਸੀ, ਇਹਨਾਂ ਦੇ ਉੱਤੇ ਉਹਨਾਂ ਨੇ ਜ਼ੁਲਮ ਕੀਤੇ ਹੈ। ਇਹਨਾਂ ਲੋਕਾਂ ਨੇ ਜਿਹੜੇ ਅਕਾਲੀ ਦਲ ਦੇ ਅਲੰਬਰਦਾਰ ਸਰਕਾਰ ਬਣਾ ਕੇ ਬੈਠੇ ਸਨ, ਤਾਂ ਇਹ ਕਿਹੜਾ ਅਕਾਲੀ ਦਲ ਰਿਵਾਈਵ ਕਰਨਾ ਚਾਹੁੰਦੇ ਹੈ? ਇਹ ਅਕਾਲੀ ਦਲ ਉਹ ਰਿਵਾਈਵ ਕਰਨਾ ਚਾਹੁੰਦੇ ਹੈ ਜਿਹਨਾਂ ਨੇ ਕੁੱਕ ਬੀਬੀਆਂ ਦੀਆਂ ਚੁੰਨੀਆਂ ਲਾਈਆਂ, ਜਿਹਨਾਂ ਨੇ ਥਾਂ ਥਾਂ ਦੇ ਉੱਤੇ ਅੰਮ੍ਰਿਤਸਰ ਤੋਂ ਲੈ ਕੇ ਅਤੇ ਬਠਿੰਡੇ ਤੱਕ ਖਾਸ ਤੌਰ ਦੇ ਉੱਤੇ ਸਾਰੇ ਲੋਕਾਂ ਦੀਆਂ ਪੱਗਾਂ ਲਾਈਆਂ, ਲੋਕ ਨਿਸ਼ਾਨ ਉਹਨਾਂ ਦੇ ਉਹਨਾਂ ਦੇ ਉੱਤੇ ਡਾਂਗਾਂ ਵਰਸਾਈਆਂ। ਮੈਂ ਇੱਕ ਵਾਰੀ ਉਹ ਇਕੱਠੇ ਕਰਨ ਲੱਗਿਆ ਤਸਵੀਰਾਂ ਜਿਹੜੀਆਂ ਅਖਬਾਰਾਂ ਦੇ ਵਿੱਚ ਆ ਰਹੀਆਂ ਸਨ, ਕੋਈ ਬਜ਼ੁਰਗ 80 ਸਾਲ ਦਾ ਆਪਦੀ ਪੱਗ ਭਾਲਦਾ ਫਿਰਦਾ ਲੋਕਾਂ ਦੇ ਪੈਰਾਂ ਦੇ ਵਿੱਚ, ਤੇ ਪੁਲਿਸ ਵਾਲੇ ਡੰਡੇ ਮਾਰ ਰਹੇ ਹੈ। ਇੱਥੇ ਜਿਹੜੇ ਸੀਗੇ ਉਹ ਦੂਸਰੇ ਬੇਰੁਜ਼ਗਾਰ ਲਾਈਨਮੈਨ, ਉਹਨਾਂ ਦੀਆਂ ਪੱਗਾਂ ਲਵਾਈਆਂ, ਇਹਨਾਂ ਦਾ ਪੁਲਿਸ ਵਾਲਾ ਜਾਂਦਾ, ਇੱਕ ਇੱਥੇ ਇੱਕ ਵੀਡੀਓ ਦੇਖੀ, ਪੁਲਿਸ ਵਾਲਾ ਜਾਂਦਾ ਸਿੱਧਾ ਪਹਿਲਾਂ ਉਹਦੀ ਪੱਗ ਲਾਉਂਦਾ ਤੇ ਫਿਰ ਉਸਨੂੰ ਮਾਰਨਾ ਕੁੱਟਣਾ ਸ਼ੁਰੂ ਕਰਦਾ। ਅਸੀਂ ਬਹੁਤ ਰੌਲਾ ਪਾਇਆ ਵੀ ਇਸ ਦੇ ਉੱਤੇ ਕਿ ਵੀਡੀਓ ਦੇ ਵਿੱਚ ਆ ਗਿਆ ਤੇ ਸਾਰਾ ਸਪਸ਼ਟ ਹੈ, ਇਸ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ। ਉਹ ਕਹਿੰਦੇ ਜੀ ਕੋਈ ਕੰਪਲੇਂਟ ਨਹੀਂ ਆਈ ਪੁਲਿਸ ਵਾਲੇ। ਫਿਰ ਅਸੀਂ 3-4 ਲੋਕਾਂ ਨੇ ਰਲ ਕੇ ਇੱਥੋਂ ਕੰਪਲੇਂਟ ਕੀਤੀ ਵੀ ਆਹ ਸਾਡੀ ਕੰਪਲੇਂਟ ਆ ਭਾਈ, ਆਹ ਲਓ। ਉਹਦੇ ਉੱਤੇ ਮੁਕੱਦਮਾ ਚੱਲਿਆ, ਮੁਕੱਦਮੇ ਦੀ ਇੱਕ ਪੇਸ਼ੀ ਹੋਈ, ਅਸੀਂ ਆਪਦੀਆਂ ਅਗਵਾਈਆਂ ਦੇਤੀਆਂ ਤੇ ਉਸ ਤੋਂ ਅਗਾਂਹ ਮੁਕੱਦਮਾ ਬੰਦ ਹੈ।
ਯਾਨੀ ਸਾਰੇ ਸਾਰੇ ਜਿੰਨੇ ਕਤਲ ਹੋਏ ਨੇ ਸਿੱਖਾਂ ਦੇ ਉਹ ਇਹਨਾਂ ਦੀ ਜਿਹੜੀ ਰਾਜ ਨਹੀਂ ਸੇਵਾ ਸੀ ਉਸਦੇ ਦੌਰਾਨ ਹੋਏ ਨੇ। ਜਿੰਨੇ ਆਹ ਮਸਲੇ ਹਨਗੇ ਸਾਡੇ ਇਹਨਾਂ ਦੇ ਵਿੱਚੋਂ ਇੱਕ ਵੀ ਇਹਨਾਂ ਨੇ ਹੱਲ ਨਹੀਂ ਕੀਤਾ ਤੇ ਇਹਨਾਂ ਨੇ ਸਾਰੇ ਦੇ ਸਾਰੇ ਸਗੋਂ ਉਸ ਤੋਂ ਵੀ ਵਧਾ ਦਿੱਤੇ। ਤੇ ਜਿਹੜੇ ਬੰਦੀ ਸਿੰਘਾਂ ਦੀ ਗੱਲ ਅਸੀਂ ਕਰਦੇ ਹਾਂ ਇਹਨਾਂ ਦੇ ਬਿਲਕੁਲ ਹੱਥ ਦੇ ਵਿੱਚ ਸੀ ਇਹਨਾਂ ਨੂੰ ਛੱਡ ਦੇਣਾ ਤੇ ਇਹਨਾਂ ਦਾ ਮਾਣ ਸਤਿਕਾਰ ਕਰਨਾ ਉਹ ਨਹੀਂ ਕੀਤਾ। ਇਹ ਤਾਂ ਹੈਗੀ ਇਹਨਾਂ ਦੀ ਸਿੱਖੀ ਦੀ ਸੇਵਾ, ਪੰਜਾਬ ਦੀ ਸੇਵਾ। ਹੁਣ ਪੰਜਾਬ ਦੀ ਸੇਵਾ ਹੋਰ ਲਓ, ਇਹਨਾਂ ਨੇ ਜੋ ਕੀਤੀ ਇਸ ਪੀਰੀਅਡ ਦੇ ਵਿੱਚ ਪੰਜਾਬ ਦੇ ਵਿੱਚ, ਜਿਸ ਵੇਲੇ ਇਹ ਆਏ 78 ਦੇ ਵਿੱਚ ਖਾਸ ਤੌਰ ਦੇ ਉੱਤੇ, ਉਸ ਤੋਂ ਬਾਅਦ ਹੀ ਸਾਰੀ ਇਹ ਸ਼ੁਰੂ ਹੁੰਦੀ ਹੈ। ਇੱਕ ਇੱਕ ਕਰਕੇ ਇਹਨਾਂ ਨੇ ਪੰਜਾਬ ਦੇ ਸਾਰੇ ਆਗੂ ਐਲੀਮੀਨੇਟ ਕਰਤੇ, ਖਤਮ ਕਰਤੇ। ਗੁਰਮੀਤ ਸਿੰਘ ਮੁਕਤਸਰ ਤੋਂ ਲੱਗੇ, ਫਿਰ ਜਗਮੀਤ ਸਿੰਘ ਬਰਾੜ ਨੂੰ ਦੇ ਬਰਖਿਲਾਫ ਝੂਠਾ ਕੇਸ ਦੇਸ਼ ਧਰੋਹ ਦਾ ਬਣਾਇਆ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸਿਮਰਨਜੀਤ ਸਿੰਘ ਮਾਨ ਨੇ ਮਿਲ ਕੇ, ਜਿਹੜਾ ਉਸ ਵੇਲੇ ਉੱਥੇ SSP ਸੀ। ਇਹ ਸਾਰਿਆਂ ਨੂੰ ਪਤਾ, ਇਹਨਾਂ ਨੂੰ ਵੀ ਪਤਾ ਹੋਏਗਾ ਸ਼ਾਇਦ, ਅੱਜ ਕੱਲ੍ਹ ਦੇ ਲੋਕ ਭੁੱਲ ਜਾਣਗੇ। ਜਸਵਿੰਦਰ ਸਿੰਘ ਬਰਾੜ ਨੂੰ ਐਲੀਮੀਨੇਟ ਕੀਤਾ, ਜਸਮਤ ਨੂੰ ਛੱਡਣ ਕੱਢਿਆ, ਕੈਪਟਨ ਕਮਲਜੀਤ ਸਿੰਘ ਨੂੰ ਐਲੀਮੀਨੇਟ ਕੀਤਾ, ਤਲਵੰਡੀ ਨੂੰ ਅਫੀਮ ਦਾ ਠੇਕੇਦਾਰ ਕਹਿ ਕੇ, ਅਫੀਮ ਵੇਚਣ ਵਾਲਾ ਕਹਿ ਕੇ ਬਦਨਾਮ ਕੀਤਾ ਔਰ ਉਸਨੂੰ ਖਤਮ ਕੀਤਾ। ਜਿੰਨੇ ਵੀ 1999 ਦੇ ਵਿੱਚ ਅਖੀਰ ਇਹਨਾਂ ਨੇ ਟੋੜੇ ਨੂੰ ਕੱਢਿਆ ਤੇ ਉਸ ਤੋਂ ਬਾਅਦ ਇਹਨਾਂ ਦੀ ਸਰਦਾਰੀ ਪੱਕੀ ਹੋ ਗਈ, ਇੱਕ ਪੁਰਖੀ ਰਾਜ ਹੋ ਗਿਆ। ਤੇ ਇਹਨਾਂ ਨੇ ਆਹ ਤਾਂ ਸਾਡੇ ਸਿੱਖ ਲੀਡਰਸ ਨਾਲ ਕੀਤਾ, ਬਲਵੰਤ ਸਿੰਘ ਜਿਹੜਾ ਰਾਮੂ ਵਾਲੀਆ ਦਾ, ਖੈਰ ਚਲੋ ਕਿਸੇ ਤਰ੍ਹਾਂ ਦਾ ਹੋਰ ਬੰਦਾ, ਲੇਕਿਨ ਜੋ ਦੂਸਰਾ ਬਲਵੰਤ ਸਿੰਘ ਸੀ ਉਸਨੇ ਜੋ ਕੀਤਾ ਉਸਨੂੰ ਵਿਚਾਰੇ ਨੂੰ ਵੀ ਕਿਸ ਤਰ੍ਹਾਂ ਨਾਲ ਮਰਨਾ ਪਿਆ। ਤਾਂ ਜਿਹੜਾ ਇਹ ਕਹਿੰਦੇ ਨੇ ਕਿ ਜੀ ਹੁਣ ਇਸਨੇ, ਇਹ ਜਿਹੜਾ ਬਲਵੰਤ ਸਿੰਘ ਸੀ ਦੂਸਰਾ ਫਾਈਨੈਂਸ ਮਿਨਿਸਟਰ, ਇਸਨੇ ਇੱਕ ਸਕੀਮ ਕੱਢੀ 1980 ਦੇ ਵਿੱਚ, ਜਦੋਂ ਪਹਿਲੀ ਵਾਰੀ ਇਹਨਾਂ ਦੀ 78 ਦੇ ਵਿੱਚ ਮਿਨਿਸਟਰੀ ਬਣੀ ਹੈ, 1969 ਦੇ ਵਿੱਚ 79 ਦੇ ਵਿੱਚ ਉਸਨੇ ਇੱਕ ਸਕੀਮ ਬਣਾਈ ਕਿ ਪੰਜਾਬ ਕੰਪਿਊਟਰ ਲਿਮਿਟਡ ਇੱਥੇ ਇੱਕ ਕੰਪਨੀ ਖੋਲ੍ਹਤੀ ਗਵਰਨਮੈਂਟ ਦੀ। ਉਸ ਵੇਲੇ ਕੰਪਿਊਟਰ ਦੇ ਬਾਰੇ ਕੋਈ ਵੀ ਵਾਕਫੀਅਤ ਨਹੀਂ ਸੀ ਲੋਕਾਂ ਦੇ ਵਿੱਚ, ਔਰ ਕੰਪਿਊਟਰ ਜਾਂ ਅਮਰੀਕਾ ਵਗੈਰਾ ਅਤੇ ਹੋਰ ਮੁਲਕਾਂ ਦੇ ਵਿੱਚ ਚੱਲਦੇ ਸਨ। ਅਤੇ ਜਦੋਂ ਆ ਕੇ 1990 ਦੇ ਕਰੀਬ, 99 ਦੇ ਕਰੀਬ ਮੈਂ ਕੰਪਿਊਟਰ ਖਰੀਦਿਆ, ਅਤੇ ਐਡਾ ਵੱਡਾ ਕੰਪਿਊਟਰ ਹੁੰਦਾ ਸੀ ਅਤੇ ਉਹਦੇ ਵਿੱਚ ਲਿਮਿਟਡ ਕਿਸਮ ਦੇ ਹੀ ਕੰਮ ਕਰ ਸਕਦੇ ਸਨ, ਜਿਹੜਾ ਹੁਣ ਅੱਜ ਕੱਲ੍ਹ ਕਿੱਥੇ ਜਾ ਕੇ ਗੱਲ ਪਹੁੰਚੀ ਹੈ। ਯਾਨੀ ਕਿ ਉਹਨੇ ਪੰਜਾਬ ਕੰਪਿਊਟਰ ਲਿਮਿਟਡ ਕੰਪਨੀ ਖੋਲ੍ਹੀ ਔਰ ਇੱਥੇ ਪੰਜਾਬ ਦੇ ਵਿੱਚ ਕੰਪਿਊਟਰ ਐਜੂਕੇਸ਼ਨ ਫੈਲਾਉਣ ਦਾ ਇੰਤਜ਼ਾਮ ਕੀਤਾ। ਇਹਨਾਂ ਨੇ ਉਸਦੀ ਉਹ ਗੱਲ ਚੱਲਣ ਨਹੀਂ ਦਿੱਤੀ, ਖਤਮ ਕਰ ਦਿੱਤੀ। ਯਾਨੀ ਕਿ ਪੰਜਾਬ ਦਾ ਇਹਨਾਂ ਨੇ ਕੀ ਕੀਤਾ, ਪੰਜਾਬ ਦੇ ਪਾਣੀਆਂ ਦੇ ਬਾਰੇ 78 ਦੇ ਵਿੱਚ ਇਹਨਾਂ ਨੇ ਅਪੀਲ ਕੀਤੀ ਹਾਈ ਸੁਪਰੀਮ ਕੋਰਟ ਦੇ ਵਿੱਚ, ਉਸਦਾ ਮੁੜ ਕੇ ਕੋਈ ਉੱਤਾ ਨਹੀਂ ਵਾਚਿਆ ਕਿ ਕੀ ਬਣਿਆ। ਦੇਵੀ ਲਾਲ ਕੋਲੋਂ 1 ਕਰੋੜ ਰੁਪਇਆ ਵਸੂਲ ਕਰ ਲਿਆ, ਉਹ ਚਿੱਠੀ ਮੈਂ ਦੇਖੀ ਹੈ, ਮੇਰੀ ਕਸਟਡੀ ਦੇ ਵਿੱਚ ਵੀ ਰਹੀ ਕੁਝ ਦੇਰ, ਮੈਂ ਉਹ ਦੇਖੀ ਹੈ ਚਿੱਠੀ ਜਿਸ ਦੇ ਵਿੱਚ ਇਸਨੇ ਪੈਸੇ ਵਸੂਲ ਕੀਤੇ ਨੇ, ਔਰ ਦੇਵੀ ਲਾਲ ਨੇ ਇਹਨਾਂ ਨੂੰ ਬੁਲਾਇਆ ਵੀ ਆ ਕੇ ਤੁਸੀਂ ਇੱਥੇ ਨਹਿਰ ਦਾ ਟੱਕ ਲਾਓ, ਇਹ ਤੁਹਾਨੂੰ ਤੱਕ ਇਹ ਤਿਆਰ ਸਨ। ਯਾਨੀ ਕਿ ਮਤਲਬ ਕਿਹੜੀ ਗੱਲ ਕਰੀਏ, ਅੱਛਾ ਜੇ ਅਸੀਂ ਪੰਜਾਬੀ ਦੀ ਗੱਲ ਕਰੀਏ, ਪੰਜਾਬੀ ਸੂਬੇ ਦੀ ਗੱਲ ਕਰੀਏ, ਦੇਖੋ ਸਭ ਤੋਂ ਵੱਡੀ ਅਚੀਵਮੈਂਟ ਇਸ ਸਦੀ ਦੇ ਵਿੱਚ ਇਹਨਾਂ ਦੀ ਆਜ਼ਾਦੀ ਤੋਂ ਬਾਅਦ, 1947 ਤੋਂ ਬਾਅਦ ਦੀ ਜਿਹੜੀ ਇੱਕ ਅਚੀਵਮੈਂਟ, ਉਹ ਪੰਜਾਬੀ ਸੂਬਾ ਹੈ। ਪੰਜਾਬ ਇਹ 15 ਸਾਲ ਇੱਥੇ ਰਾਜ ਕਰਦੇ ਰਹੇ ਨੇ ਔਰ ਪੰਜਾਬੀ ਸੂਬੇ ਦੀ ਇਹ ਕਥਾ ਨਹੀਂ ਲਿਖਾ ਸਕੇ। ਉਸਦਾ ਜਿਹੜੇ ਇੱਕ ਇੰਨੇ ਡਾਕੂਮੈਂਟਸ ਗਵਰਨਮੈਂਟ ਦੇ ਵਿੱਚ ਪਏ ਸੀਗੇ, ਉਹਨਾਂ ਨੂੰ ਦੇ ਕੇ ਕਿਸੇ ਨੂੰ ਕਹਿੰਦੇ ਵੀ ਭਾਈ ਤੂੰ ਇਹ ਲਿਖ ਸਾਡੀ ਗਾਥਾ, ਜਿਸ ਦੇ ਵਿੱਚ ਅਸੀਂ ਇੰਨੀ ਗੌਰਵ ਵਾਲੀ ਗੱਲ ਹੈ, ਇੰਨਾ ਦੁੱਖ ਸਹਿ ਕੇ ਅਸੀਂ ਲੋਕਾਂ ਨੇ ਇਹ ਪੰਜਾਬੀ ਸੂਬਾ ਬਣਾਇਆ। ਨਾ ਹੀ ਪੰਜਾਬੀ ਸੂਬੇ ਦੇ ਜਿਹੜੇ ਅਸੂਲ ਸੀ ਪੰਜਾਬੀ ਬੋਲੀ ਨੂੰ ਲਾਗੂ ਕਰਨਾ ਆਦਿ, ਉਹਨਾਂ ਨੂੰ ਇਹ ਕਰ ਸਕੇ ਨੇ। ਯਾਨੀ ਕਿਸ ਕਿਸ ਗੱਲ ਦੇ ਉੱਤੇ ਜਾਈਏ, ਇਹਨਾਂ ਨੇ ਤਾਂ ਸਿੱਖੀ ਨੂੰ ਖਤਮ ਕਰਨ ਦਾ ਜਿਸ ਤਰ੍ਹਾਂ ਇੱਕ ਤਹੀਆ ਕੀਤਾ ਸੀ, ਜਿੱਥੇ ਵੀ ਕਿਤੇ ਤੁਸੀਂ ਦੇਖੋਗੇ ਐਂਟੀ ਸਿੱਖ ਕੁਛ ਵੀ ਹੁੰਦਾ। ਹੁਣ ਕੱਲ੍ਹ ਪਰਸੋਂ ਗੱਲ ਨਿਕਲੀ ਕਿ ਜੀ ਫਤਿਹਗੜ੍ਹ ਸਾਹਿਬ ਦੇ ਕਾਲਜ ਦੇ ਵਿੱਚ ਉਹ ਜਿਹੜੇ ਬਿਹਾਰੀ ਲੋਕ ਭਰਤੀ ਕੀਤੇ ਹੋਏ ਆ, ਉਹਨਾਂ ਨੇ ਬੜਾ ਖੂਬ ਮਚਾਇਆ ਤੇ ਆਹ ਕੀਤਾ ਉਹ ਕੀਤਾ। ਤਾਂ ਉਸ ਦੇ ਵਿੱਚ ਫਿਰ ਕਿਸੇ ਬੰਦੇ ਨੇ ਦੱਸਿਆ ਕਿ ਜੀ ਇਹ ਸ਼ੁਰੂ ਉਦੋਂ ਹੋਇਆ ਜਦੋਂ ਕਿ ਇਹਨਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਖਤਮ ਕਰਕੇ SOI ਬਣਾਈ
स्टूडेंट्स ऑफ इंडिया वाली वो जथेबंदी बनाई विद्यार्थियों की, जिहड़ा विद्यार्थियों के विच सिक्खी के बारे विचार सी या सिक्खी दे जिहड़ी ट्रेनिंग विद्यार्थी हासिल करते सन सिख स्टूडेंट्स फैडरेशन तो, वो इन्होंने टोटली बंद करती और उसकी जगह इन्होंने वो अपनी जथेबंदी बनाई और उसका प्रधान बनाया। उसनू कोई इत्थे किसी लीडर का पोतरा पढ़ता सी कि लड़का पढ़ता सी उस पासवान, उसनू इन्होंने उसका प्रधान बनाया और उस दिन तो उन्होंने सरदारी चल रही है और इस करके वो बार बार उत्थे सिखां दीआं पग्गां लाउंदे आ ते आ करदे आ ते जो क्रूर करदे आ उहदीआं तस्वीरां वगैरह आपां सारे देख चुके हैं। यानी कि जिथे भी जिस पासे भी ले जाओ, अच्छा हुण देखो थोड़े सामने साढ़े बच्चे टैंकरां दे विच वड़ वड़ के बाहर जाते रहे हैं कि इन्हां नूं, और कई बार वो समुद्रां दे विच विदेशां दे विच डुबदे रहे ने, मरदे रहे ने, कि इन्हां नूं तरस नहीं आया कि यह जिहड़े अपने इत्थे एजेंट सीगे जिहड़े बच्चों नूं बाहर भेजदे ने उन्हां उत्ते कंट्रोल नहीं कर सके। किन्ने बंदियां नूं इन्हां ने सजा दित्ती कि तुसीं गलत लोकां नूं वरगला के उन्हां दे पैसे बटोर रहे हो ते तुसीं उन्हां नूं मौत दे मूँह दे विच धक्क रहे हो। यानी किहड़े पासे ते असीं करिए कि इन्हां ने जी हुण जदों 78 दे विच चल रहा सी, 77 दे विच चोणां दा बिगल वज्जिया होया सीगा, इंदिरा गांधी दी एमरजेंसी टुटण तों बाद ते चोणां हो रहियां सन, उस वेले प्रकाश सिंह बादल दे स्पीचेस हुंदे सन कि जी इह जिहड़ा नरमा 1000 रुपए क्विंटल विकेगा, उदों 300-400 रुपया हुंदा सीगा नरमा, ते इह 1000 रुपए क्विंटल विकेगा, सब्जी नूं दुबई नूं भेजांगे सब्जी, फलानी जगह दे उत्ते यूरोप नूं फुल भेजांगे, असीं पंजाब नूं आह बना देंगे वह बना देंगे। हुण तुसीं दसो मैनूं, मैं उत्ते इक वारी मुक्तसर खड़ा सी, स्पीच सुन रहा सीगा ते मैं क्या भी हुण तां खत्म करन वाला है, हुण अगां अगले जगह जाऊगा। और मेरे नाल संत सिंह बराड़ खड़ा सी, वह कहिंदा नहीं नहीं असीं तां फुल दुबई यूरोप नूं जाणे आ, सब्जियां दुबई नूं जाणियां, फलाना आउणा। यानी कि बार बार हर लोकां नूं इह भरमा के इन्हां ने और वोटां लईआं। और उन्होंने एक जिस वेले ये चरण सिंह की पहला देसाई की बिना शर्त हमायत की थी, देसाई ने जो गुल खड़ाए थानू पता है, उसने उत्थे पुंडरी दे विच पहला निहंग मारे, फिर इत्थे आके 78 दे विच अमृतसर दे विच साका करवाया, फिर उसने पानी का कदिया वो सामने आया और उसनू पता लग गया, उसनू उसने देख लिया, उसनू पता समझ आ गई। कैम्ब्रिज यूनिवर्सिटी की छपी किताब देखी है मैं कि उसने क्या हरियाणे वाले गए जी साडा पानी का साडा भी हक बनता है, उन्हें नक्शा मंगा लिया पंजाब हरियाणे का, तो कहता भी दसो भी दरिया थोड़े कि जगह लगते है हरियाणे नूं, तो उन्होंने कहा जी कितने नहीं लगते, तो फिर कहना थोड़ा किवें हक बनता है। यानी कि वह जानदिया होया भी उसने साडे नाल अन्याय किया। फिर वो जिस वेले दरबार साहब जाता तो मत्था टेकन नहीं गया, उन्हें एक प्रसाद लैण तो इनकार करता, कहता मेरे सिर पर मल दौ, ते जे दर्शनी ड्यूटी के कोल दी लंघदा है तो वह जिस तरह वह यमराज वेखदा हुंदा ना काणी अख नाल, ते उस तरह उन्हें दरवाजे वाल वेख्या, तो फिर कहिंदा वी ये दरवाजे साढ़े भेज दिओ। कि एक हुण उह दरवाजे की पता नहीं कहानी सच है कि झूठ है, लेकिन गल ये सी दरवाजे की कि यह दरवाजे उत्थे काठियावाड़ दे विच जिहड़ा सोमनाथ का मंदिर मुहम्मद गजनी ने लुटिया सी उस दे सन, और वह ले गया सी इन्हां नूं। ये रणजीत सिंह ने एक संधि की एक दोस्त मुहम्मद नाल, उस दे विच ये वापस आए सी, उहदे विच मैं चिट्ठी पढ़ी है एक उस उत्थों दे अफगानिस्तान के बादशाह की, वह कहिंदा है कि तू मेरे को दरवाजे मंग रहा है, मेरी कौम दे विच मेरी बड़ी हेठी होएगी, दोस्त कादी दोस्ती अपनी कादी होई जे जे ये दोस्ती मेरी हेठी का कारण बने। तो यानी इस तरह के मुश्किलों के और इस तरह डिप्लोमेसी वरत के रणजीत सिंह ने मंगवाए दरवाजे, उत्थे भेजे गए काठियावाड़, उन्होंने कहा कि नहीं ये भ्रिष्ट हो गए मुसलमानों के हाथों में लग गए, असी इन्हों स्वीकार नहीं करते, उन्होंने दरबार साहब से चढ़ा दिते। फिर उन्होंने किस तरह नाल की निपटारा होया, ये एक भंबड़ भूसा रह गया साडी कौम दे विच। यानी किस पक्ष दे उत्तों कदों इन्होंने की पंजाब वास्ते किया, की सिक्खी वास्ते किया, जिस दे वास्ते अकाली दल बनाया गया सी। फिर अखीर जिहड़ी आई वो ये कि इन्होंने उसका खासा ही बदलता। हुण 93 दे विच सोध आई सी एक
कि जी ये एक सैकुलर बन जाण सारियां पार्टियां, ये सारे तो पहला छाल मार के सैकुलर बन नूं तैयार होए। और इन्होंने 1995 च 96 च मैं कहिंदा हुन्ना आम तौर पर भी इन्होंने मोगा कॉन्फ्रेंस के अपना जिहड़ा सीगा अकाली दल नूं पंजाबी पार्टी बना लिया, सैकुलर पार्टी बना लिया। खेड़ा साहब का टैलीफोन आया एक दिन मैनू, वह कहिंदे कि नहीं ये 1999 के ही पहला ही कर चुके सी, जदों सोध आई है तो उस वेले ही कर चुके सीगे। यानी कि इन्होंने अकाली दल नूं अकाली दल नहीं रहने दिता, अकाली दल जिहड़ा काम करदा सी उह नहीं करन दिता। जिहड़ा अकाली दल का खासा सी मास्टर तारा सिंह जी दे वेले वेखो, उन्होंने मास्टर तारा सिंह नूं लीडरां दी मां कहिंदे आ, उन्होंने इन्ने लीडर बनाए जिहड़े कि कई सालों तक पंजाब दी और मुल्क दी सेवा करदे रहे। इन्होंने एक सिर्फ अपने घर दे विच जिहड़ा कुछ सीगा उह रख लिया, कोई लीडर बनाया कोई इन्होंने अपने घर तो बाहर। यानी कि किस पक्षों किस गलों इस नूं अकाली दल मन्निया जाए। और जिहड़ी अकाली दल की कॉन्स्टिट्यूएंसी इन्होंने वह भी खत्म करती, हुण दो कॉन्स्टिट्यूशन दित्तियां होईयां, एक गुरद्वारा इलैक्शन वास्ते एक दूसरे इलैक्शन वास्ते। यानी कि यह जिहड़ी जिहड़ा ये चोली है ना, तो यह कितने अंत ही नहीं हुंदा, इस गोड़ा कत ही नहीं सकते सारा असी जे इन्हां दीआं कुकरमां दा और अकाली दल नूं खत्म करन दा, लीडरशिप नूं खत्म करन दा, उह किसी लीडर नूं पैदा ना होण देण दीआं कहानियां इह जिहड़ियां हनगियां। हुण इन्हां नूं किहड़े नूं अकाली दल कहीए? अकाली दल वह होएगा जिहदी कॉन्स्टिट्यूशन अकाली दल दी होएगी, जिसका खासा उही होएगा जो 1920 वेले करतार सिंह झब्बर ने ते बाकी साडे लीडरां ने रख्या सीगा, उही होएगा जिसके अधीन मास्टर तारा सिंह ने इन्ने लीडर पैदा किए और सरकार दे नाल टक्कर लाई रखी पंजाबी सूबा अखीर दे उत्ते लिया। सो यह सारा कुछ है। जे इन्हां कोले इहो जिहा कुछ हैगा तो दसण लोकां नूं, ते जे इन्हां कोले ओह लोक हन, मुक्तसर दे विच ही एक बीबी प्रोटेस्ट कर रही सी और उस नूं एक आदमी ने बीबी हरसिमरत कौर की मौजूदगी दे विच थप्पड़ मारिया। ਇਹ ਔਰਤਾਂ ਦੀ ਇੱਜ਼ਤ ਕਰਨ ਵਾਸਤੇ ਅਸੀਂ ਅਕਾਲੀ ਦਲ ਸਾਜਿਆ ਸੀਗੇ, ਅਕਾਲੀ ਦਲ ਸਾਜਿਆ ਸੀਗਾ ਵੀ ਸਾਡੀਆਂ ਧੀਆਂ ਦੇ ਥੱਪੜ ਮਾਰਨਗੇ, ਚੁੰਨੀਆਂ ਲਾਉਣਗੇ। ਯਾਨੀ ਕਿਹੜੀ ਕਿਹੜੀ ਗੱਲ ਅਸੀਂ ਕਹੀਏ ਵੀ ਅਕਾਲੀ ਦਲ ਨੇ ਨਹੀਂ ਕੀਤੀ? ਮੈਂ ਬਹੁਤ ਅਫਸੋਸ, ਬੜੇ ਮਨ ਰੋਂਦਾ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ, ਲੇਕਿਨ ਕਰਨੀਆਂ ਪੈਂਦੀਆਂ। ਦੱਸੋ ਕਿੱਥੇ ਆ ਅਕਾਲੀ ਦਲ ਜਿਸ ਨੂੰ ਅਸੀਂ ਰਿਵਾਈਵ ਕਰੀਏ? ਕਿਹੜਾ ਹੈ ਅਕਾਲੀ ਦਲ ਔਰ ਕੀ ਉਸਦਾ ਖਾਸਾ ਹੈ? ਹੁਣ ਜੇ ਦੂਸਰੇ ਤੁਹਾਡੇ ਸਾਰੇ ਅਜੀਬ ਲੋਕ ਹਨਗੇ, ਸਿਮਰਨਜੀਤ ਸਿੰਘ ਮਾਨ ਕਹਿੰਦਾ ਹੈ ਵੀ ਮੈਂ ਬੜਾ ਜੀ ਖੜੇ ਕਰਾਂਗਾ ਬੰਦੇ। ਹੁਣ ਇਹ 1990 ਦੀ ਗੱਲ ਹੈ, 1990 ਦੀ ਗੱਲ ਹੈ ਕਿ ਇਹਨਾਂ ਨੇ ਮੀਟਿੰਗ ਕੀਤੀ ਇੱਕ। ਉਸ ਵੇਲੇ ਮੈਂ ਵੀ ਇਹਨਾਂ ਦੇ ਦਲ ਦੇ ਵਿੱਚ ਕੰਮ ਕਰਦਾ ਸੀ, ਜਨਰਲ ਸੈਕਟਰੀ ਸੀ, ਸਪੋਕਸ ਪਰਸਨ ਸੀ, ਅਤੇ ਇੱਥੇ ਮੋਗੇ ਮੀਟਿੰਗ ਹੋਈ। ਉਹ ਜਿਹੜਾ ਬੰਦਾ ਸੀਗਾ ਰਾਮ ਸਿੰਘ, ਭਾਈ ਰਾਮ ਸਿੰਘ ਸੀਗਾ ਸੈਕਟਰੀ, ਉਹ ਖੜਾ ਹੋਇਆ ਤੇ ਕਹਿੰਦਾ ਜੀ ਕਿ ਅਸੀਂ 90 ਆਦਮੀ ਆਏ ਹੋਏ ਸੀ ਮੀਟਿੰਗ ਅਟੈਂਡ ਕਰਨ ਵਾਸਤੇ, ਮਾਨ ਦੀ ਰਿਹਾਈ ਤੋਂ ਬਾਅਦ ਪਹਿਲੀ ਮੀਟਿੰਗ ਸੀ। ਕਹਿੰਦਾ ਜੀ ਮੈਂ ਇੱਥੇ ਤੁਹਾਨੂੰ ਕੁਛ 17 ਮਤੇ ਮੈਨੂੰ ਲਿਖਾਏ ਨੇ ਪ੍ਰਧਾਨ ਸਾਹਿਬ ਨੇ, ਉਹ ਮੈਂ ਪੜ੍ਹ ਦਿਆਂਗਾ ਅਤੇ ਤੁਸੀਂ ਇਹਨਾਂ ਦੇ ਉੱਤੇ ਜਕਾਰਾ ਛੱਡ ਦਿਓ। ਮੈਨੂੰ ਬਹੁਤ ਬੁਰਾ ਲੱਗਿਆ ਵੀ 63 ਆਦਮੀ ਅਸੀਂ ਸਾਰੇ ਪੰਜਾਬ ਤੋਂ ਮੰਗਾਏ ਹੋਏ ਆ, ਜੰਮੂ ਤੋਂ, ਕਸ਼ਮੀਰ ਤੋਂ, ਸੰਤ ਸਿੰਘ ਤੇ ਬੰਗਾਲ ਤੋਂ ਲੋਕ ਆਏ, ਉੜੀਸਾ ਤੋਂ ਆਏ, ਭੋਪਾਲ ਤੋਂ ਆਏ। ਮੈਂ ਕਿਹਾ ਇਹ ਸਾਰੇ ਸਾਰੇ ਜਕਾਰਾ ਛੱਡਣ ਆਏ ਆ? ਮੈਂ ਉਹਨੂੰ ਕਿਹਾ ਭਾਈ ਐਂ ਕਰ, ਤੂੰ ਜਕਾਰਾ ਵਿੱਚੇ ਲਿਖ ਲੈ, ਸਾਡਾ ਕੀ ਪਤਾ ਛੱਡੀਏ ਨਾ ਛੱਡੀਏ। ਤਾਂ ਬੜਾ ਨਾਰਾਜ਼ ਹੋਏ ਵੀ ਦੇਖੋ ਜੀ ਇਸ ਤਰ੍ਹਾਂ ਕਰਦੇ। ਯਾਨੀ ਅਕਾਲੀ ਦਲ ਨੂੰ ਨਾ ਇਹਨਾਂ ਨੇ ਡੈਮੋਕਰੈਟਿਕ ਹੋਣ ਦਿੱਤਾ, ਨਾ ਇਹਨਾਂ ਨੇ ਅਕਾਲੀ ਦਲ ਦਾ, ਹੁਣ ਉਸ ਤੋਂ ਬਾਅਦ ਇੱਕ ਪ੍ਰਧਾਨ ਇਹ ਚੱਲਿਆ ਆਉਂਦਾ ਬਾਦਲ, ਤੇ ਇੱਕ ਮਾਨ ਚੱਲਿਆ ਆਉਂਦਾ, ਤੇ ਬਸ ਜੀ ਇਹੀ ਅਕਾਲੀ ਦਲ ਆ, ਸਾਰਾ ਕੁਛ ਜੇਬ ਦੇ ਵਿੱਚ ਹੈ। ਇਹਨਾਂ ਦੇ ਕੋਈ ਕੈਸ਼ੀਅਰ ਵੀ ਹੈ ਨਹੀਂ ਦੋਨਾਂ ਅਕਾਲੀ ਦਲਾਂ ਵਿੱਚ, ਤਿੰਨਾਂ ਚਾਰਾਂ ਜਿੰਨੇ ਵੀ ਹਨਗੇ। ਯਾਨੀ ਕਿ ਇਹ ਲੋਕ ਸਾਨੂੰ ਭਰਮਾ ਰਹੇ ਆ, ਸਾਨੂੰ ਬੇਵਕੂਫ ਬਣਾ ਰਹੇ ਆ, ਸਾਨੂੰ ਇੰਨੀ ਦੇਰ ਬੇਵਕੂਫ ਬਣਾਇਆ, ਹੁਣ ਸਾਡਾ ਖੇੜਾ ਛੱਡ ਦੇਣ, ਹੁਣ ਇਹ ਕੋਈ ਹੋਰ ਕਿਸਮ ਕਸਬ ਲੱਭ ਲੈਣ। ਇਹਨਾਂ ਦੇ ਬਥੇਰੇ ਵੱਡੇ ਵੱਡੇ ਅੰਪਾਇਰ ਹੋ ਗਏ, ਇਹਨਾਂ ਦੇ ਬਥੇਰੇ ਪੈਸੇ ਹੋ ਗਏ, ਇਹਨਾਂ ਦੀਆਂ ਪੁਸ਼ਤਾਂ ਸੁਖੀ ਵਸਣਗੀਆਂ, ਧਨਾਟ ਹੋਣਗੀਆਂ। ਹੁਣ ਇਹ ਕੁਛ ਲੋਕਾਂ ਨੂੰ ਸਾਹ ਲੈ ਲੈਣ ਦੇਣ। ਇਹਨਾਂ ਵਿਚਾਰਿਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ, 2.5-2.5 ਲੱਖ ਬੰਦੇ ਸ਼ਹੀਦ ਕਰਵਾ ਦੇਣੇ ਇੱਕ ਕੌਮ ਦੇ ਵਿੱਚੋਂ,
ਤੇ ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਇਹ ਤਰਸ ਕਿਉਂ ਨਹੀਂ ਕਰਦੇ ਇਹਨਾਂ ਲੋਕਾਂ ਦੇ ਉੱਤੇ? ਜੀ ਸਰਦਾਰ ਸਾਹਿਬ, ਜਦੋਂ ਇਸ ਸਭ ਦੇ ਵਿਚਾਲੇ ਆਪਾਂ ਦੂਜੀਆਂ ਪੰਥਕ ਧਿਰਾਂ ਦੇ ਵੱਲ ਦੇਖਦੇ ਹਾਂ, ਸਿਮਰਨਜੀਤ ਸਿੰਘ ਮਾਨ ਨੇ ਤਾਂ ਚਲੋ ਕਹਿ ਤਾ ਕਿ ਅਸੀਂ 26 ਜਨਵਰੀ ਨੂੰ ਕੋਈ ਪੈਦਲ ਮਾਰਚ ਉਹਨਾਂ ਨੇ ਕੱਢਣੇ ਨੇ ਵੱਖ ਵੱਖ ਥਾਵਾਂ ਤੋਂ, ਮਾਝਾ, ਮਾਲਵਾ ਤੇ ਦੁਆਬੇ ਤੋਂ ਆਈ ਸਿੱਖਾਂ ਦੀਆਂ ਮੰਗਾਂ ਨੂੰ ਲੈ ਕੇ, ਜੋ ਕੁਛ ਸੈਂਟਰ ਤੋਂ ਮੰਗਣਾ ਜਾਂ ਜੋ ਕੁਛ ਸੂਬਾ ਸਰਕਾਰਾਂ ਦੇ ਕੰਨ ਦੇ ਵਿੱਚ ਪਾਉਣਾ ਜਾਂ ਉਹਨਾਂ ਨੂੰ ਦਿਖਾਉਣਾ ਆ। ਰਹੀ ਗੱਲ ਜਿਹੜੇ ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ, ਉਹ ਵੀ ਆਪਣਾ ਜਿਹੜਾ ਫਰੰਟ ਮਜ਼ਬੂਤ ਕਰ ਰਹੇ ਨੇ, ਉਹ ਵੀ ਕਹਿੰਦੇ ਨੇ ਕਿ ਅਸੀਂ ਅਕਾਲੀ ਦਲ ਦਾ ਅਸਲ ਜਿਹੜਾ ਉਹ ਬਦਲ ਦੇਣਾ ਆ ਲੋਕਾਂ ਦੇ ਵਿੱਚ, ਕਿਉਂਕਿ ਜਿਹੜੀ ਸਪੇਸ ਆ ਉਹਨੂੰ ਭਰਨਾ ਪੈਣਾ ਪੰਥਕ ਮਸਲਿਆਂ ਨੂੰ ਲੈ ਕੇ ਜਾਂ ਸਿੱਖ ਸਿਆਸਤ ਨੂੰ ਲੈ ਕੇ। ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਅਕਾਲੀ ਦਲ ਦਾ ਬਦਲ ਜਿਹੜਾ ਆ, ਜੇ ਭਾਵੇਂ ਕੋਈ ਅਸਲੀ ਅਕਾਲੀ ਦਲ ਕਹੇ ਜਾਂ ਨਕਲੀ, ਜਾਂ ਕੋਈ ਟਕਸਾਲੀ ਕਹੇ ਜਾਂ ਕੋਈ ਅਕਾਲੀ ਕਹੇ ਜਾਂ ਕੋਈ 1920 ਕਹੇ ਜਾਂ ਕੋਈ ਲੌਂਗੋਵਾਲ ਕਹੇ ਜਾਂ ਹੋਰ ਬੜੇ ਅਕਾਲੀ ਦਲ ਨੇ, ਮਤਲਬ ਅਸਲੀ ਬਦਲ ਕੀ ਇਹਨਾਂ ਸਾਰਿਆਂ ਦੇ ਵਿੱਚੋਂ ਤੁਸੀਂ ਵੇਖਦੇ ਹੋ ਕਿ ਕੋਈ ਹੈ ਜਿਹੜਾ ਵਾਕਈ ਅਕਾਲੀ ਜਿਹੜੀ ਸਿਆਸਤ ਹੈ ਉਸ ਕਰੇ? ਇਹ ਜਿਹੜੇ ਸਾਰੇ ਸਾਡੇ ਸਾਹਮਣੇ ਹਨ ਲੀਡਰ ਸਾਹਿਬਾਨ, ਇਹ ਸਾਡੇ ਅਜ਼ਮਾਏ ਹੋਏ ਨੇ। ਇਹਨਾਂ ਨੇ ਕਦੇ ਵੀ ਸਾਡੇ ਨਾਲ ਵਫਾ ਨਹੀਂ ਕੀਤੀ, ਕੌਮ ਦੇ ਨਾਲ ਵਫਾ ਨਹੀਂ ਕੀਤੀ, ਪੰਜਾਬ ਦੇ ਨਾਲ ਵਫਾ ਨਹੀਂ ਕੀਤੀ। ਇਹੀ ਸਾਰੇ ਇਕੱਠੇ ਹੋ ਕੇ ਬਿਨਾਂ ਸ਼ਰਤ ਉਸਨੂੰ ਹਮਾਇਤ ਦਿੰਦੇ ਰਹੇ ਲੋਕਾਂ ਨੂੰ। ਉੱਥੇ ਜਾ ਕੇ ਇਹ ਗਾਂਧੀ ਦੀ ਸਮਾਜ ਦੇ ਉੱਤੇ 13 ਦੇ 13 ਸਾਡੇ MP ਉੱਥੇ ਜਾ ਕੇ ਰਘੁਪਤੀ ਰਾਘਵ ਰਾਜਾ ਰਾਮ ਗਾਉਂਦੇ ਰਹੇ। ਹੁਣ ਇਹਨਾਂ ਲੋਕਾਂ ਦੇ ਉੱਤੇ ਕੀ ਦੁਆਰ ਕੀਤਾ ਜਾਵੇ ਇਹਨਾਂ ਲੋਕਾਂ ਦੇ? ਇਹ ਹੁਣ ਪਿੱਛੇ ਜੇ ਮੈਂ ਇੱਕ ਕਿਤਾਬ ਛਾਪੀ ਸਰਦਾਰ ਕਪੂਰ ਸਿੰਘ ਦੇ, ਜੋ ਪਾਰਲੀਮੈਂਟ ਦੇ ਵਿੱਚ ਸਪੀਚਸ ਵਗੈਰਾ ਸਨ ਉਹਨਾਂ ਦੀ ਕਿਤਾਬ ਛਾਪੀ 200-300 ਸਫ਼ੇ ਦੀ ਹੈ। ਇਹਨਾਂ ਦੇ ਸਪੀਚਸ ਕੋਈ 3 ਸਫ਼ਿਆਂ ਦੇ ਮੈਨੂੰ ਦਿਖਾ ਦਿਓ ਵੀ ਇਹਨਾਂ ਨੇ ਜਾ ਕੇ ਉੱਥੇ ਆ ਸਪੀਚ ਦਿੱਤੇ ਨੇ। ਆਹ ਹੁਣ ਪਿੱਛੇ ਤੁਸੀਂ ਦੇਖਿਆ ਕਿ ਰੋਜ਼ ਦੀ ਰੋਜ਼ ਪਹਿਰੇਦਾਰ ਅਖਬਾਰ ਦੇ ਵਿੱਚ ਮਾਨ ਦਾ ਸਪੀਚ ਬਿਆਨ ਛਪਦਾ ਰਿਹਾ ਜੀ, ਮੈਂ ਐਂ ਕਰ ਦਿਆਂਗਾ, ਆਹ ਹੋਣਾ ਚਾਹੀਦਾ, ਬੰਦੇ ਸਾਡੇ ਛੱਡਣੇ ਚਾਹੀਦੇ ਹੈ, ਸਾਡੇ ਨਾਲ ਨਾ ਇਨਸਾਫ਼ੀ ਹੋ ਰਹੀ ਹੈ, ਧੱਕਾ ਹੋ ਰਿਹਾ, ਯੇ ਹੋ ਰਿਹਾ, ਵੋ ਹੋ ਰਿਹਾ। ਤੇ ਪਾਰਲੀਮੈਂਟ ਇਨ ਸੈਸ਼ਨ ਸੀ, ਪਾਰਲੀਮੈਂਟ ਦਾ ਮੈਂਬਰ ਬਣਿਆ, ਲੋਕਾਂ ਨੇ ਬੜੇ ਚਾਅ ਨਾਲ ਦੁਬਾਰੇ ਬਣਾਇਆ, ਤੀਜੀ ਵਾਰੀ ਬਣਾਇਆ, ਸਾਰੇ ਸਾਰੇ ਪ੍ਰੋਸੀਜਰ ਤੋਂ ਵਾਕਫ ਹੈ, ਫਿਰ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲ ਕਿਉਂ ਨਹੀਂ ਕਰਦਾ ਜਿੱਥੇ ਲੋਕ ਸੁਣਨ, ਜਿਨ੍ਹਾਂ ਨੇ ਫੈਸਲੇ ਕਰਨੇ ਆ ਕਿ ਇੱਥੇ ਬੰਦੀ ਸਿੰਘਾਂ ਨੂੰ ਜੇਲ੍ਹ 'ਚ ਰੱਖਣਾ ਹੈ ਕਿ ਇਹਨਾਂ ਨੂੰ ਮੁਕਤੀ ਦੇਣੀ ਆ ਜਾਂ ਜੋ ਵੀ ਹੈ, ਪੰਜਾਬ ਦਾ ਕੀ ਕਰਨਾ ਕੀ ਨਹੀਂ ਕਰਨਾ। ਮੈਂ ਸਰਦਾਰ ਸਾਹਿਬ ਇੱਥੇ ਐਡ ਕਰਾਂ, ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਰੱਖਿਆ, ਉਹ ਕਹਿੰਦੇ ਨਾਮ ਬਾਏ ਇੱਕ ਇੱਕ ਨਾਮ ਲੈ ਕੇ ਮੈਂ ਜ਼ਿਕਰ ਕੀਤਾ ਕਿ ਤੁਸੀਂ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕਰਦੇ। ਇਹ ਉਹ ਕਹਿੰਦੇ ਨੇ ਪਰ ਮੈਂ ਕੋਈ ਦੇਖਿਆ ਨਹੀਂ, ਖੈਰ ਚਲੋ ਮੰਨ ਲੈਂਦੇ ਵੀ ਕੀਤਾ ਹੋਏਗਾ, ਲੇਕਿਨ ਕੀ ਇੱਕ ਜ਼ਿਕਰ ਕਰਨ ਨਾਲ ਗੱਲ ਖਤਮ ਹੋ ਜਾਂਦੀ ਹੈ? ਉਹ ਕਹਿੰਦਾ ਹੈ ਕਿ ਮੈਨੂੰ ਟਾਈਮ ਨਹੀਂ ਮਿਲਦਾ, ਟਾਈਮ ਸਰਦਾਰ ਕਪੂਰ ਸਿੰਘ ਨੂੰ ਕਿਵੇਂ ਮਿਲਿਆ ਸੀਗਾ? ਉਹ 1 ਘੰਟਾ ਪੂਰਾ ਪੰਜਾਬੀ ਸੂਬੇ ਦੀ ਜਿਹੜੇ ਪੰਜਾਬੀ ਫਾਰਮੇਸ਼ਨ ਦੇ ਉੱਤੇ ਉਹਨਾਂ ਨੇ ਸਪੀਚ ਦਿੱਤਾ, ਪੰਜਾਬੀ ਸੂਬਾ ਫਾਰਮੇਸ਼ਨ ਦੇ ਉੱਤੇ ਆਪਾਂ ਹੁਣ ਵਾਰ ਵਾਰ ਪੜ੍ਹਦੇ ਹਾਂ ਬਟਰੇਲ ਆਫ ਸਿੱਖਸ, ਉਹ ਸਾਰੇ ਦਾ ਸਾਰਾ ਸਪੀਚ ਉਹਨਾਂ ਨੇ ਦਿੱਤਾ ਸੀਗਾ। ਇਹ ਦੂਸਰੀਆਂ ਪਾਰਟੀਆਂ ਦੇ ਨਾਲ ਲੈਸ਼ਨ ਕਰ ਲਈਦਾ, ਉਹਨਾਂ ਨੂੰ ਕਹੀਦਾ ਵੀ ਜੇ ਕੋਈ ਪੰਜਾਬ ਦਾ ਮਸਲਾ ਆਇਆ ਤਾਂ ਤੁਸੀਂ ਮੈਨੂੰ ਟਾਈਮ ਦੇ ਦਿਓ, ਤੇ ਜੇ ਮੈਂ ਜੇ ਕੋਈ ਹੋਰ ਮਸਲਾ ਹੋਇਆ ਤੁਹਾਡਾ ਤਾਂ ਤੁਸੀਂ ਮੇਰਾ ਟਾਈਮ ਲੈ ਲਿਓ। ਇਸ ਤਰ੍ਹਾਂ ਨਾਲ ਅਰੇਂਜਮੈਂਟ ਉਹਨਾਂ ਨੇ ਸੁਤੰਤਰਤਾ ਪਾਰਟੀ ਦੇ ਨਾਲ ਕੀਤੀ ਸੀ, 1-2 ਹੋਰ ਉਹਨਾਂ ਦੇ ਐਸੋਸੀਏਟ ਸਨ, ਔਰ ਜਿੰਨਾ ਮਰਜ਼ੀ ਟਾਈਮ ਉਹ ਕੱਢ ਲੈਂਦੇ ਸੀਗੇ ਸਿੱਖ ਮਸਲਿਆਂ ਵਾਸਤੇ, ਜਿੰਨਾ ਕੁ ਚਾਹੀਦਾ ਸੀ ਉਹਨਾਂ ਨੂੰ ਕੱਢ ਲੈਂਦੇ ਸੀ। ਇਹ ਹੁਣ ਇਹ ਕਹੇ ਜੀ ਅਸੀਂ ਹੁਣ ਪਾਰਲੀਮੈਂਟ ਦੀ ਫੰਕਸ਼ਨਿੰਗ ਇਸ ਨੂੰ ਪਤਾ ਹੈ, ਤੇ ਜੇ ਇਹ ਗੱਲ ਸੀ ਵੀ ਇਹਨੂੰ ਬੋਲਣ ਹੀ ਦੇਣਾ, ਕਿਸੇ ਨੇ ਬੋਲਣਾ ਨਹੀਂ, ਬੋਲਣਾ ਨਹੀਂ ਜਾ ਕੇ, ਤੇ ਫਿਰ ਇੰਨਾ ਅਡੰਬਰ ਕਰਨ ਦੀ ਕਿਹੜੀ ਲੋੜ ਸੀ? ਸੋ ਇਹ ਜੇ ਇੰਤਜ਼ਾਮ ਕਰਨਾ ਹੈ ਤਾਂ ਉਹ ਵੀ ਇਸੇ ਨੇ ਕਰਨਾ। ਉਸ ਤੋਂ ਇਲਾਵਾ ਕੀ ਹੁੰਦਾ ਹੈ ਕਿ ਸਿਰਫ ਇਹ ਨਹੀਂ ਵੀ ਤੁਸੀਂ ਪਾਰਲੀਮੈਂਟ 'ਚ ਬੋਲੇ, ਤੁਸੀਂ ਸਪੀਕਰ ਨੂੰ ਜਾ ਕੇ ਮਿਲੋ, ਮੈਮੋਰੈਂਡਮ ਦਿਓ ਕਿ ਜੀ ਆਹ ਸਾਡੇ ਇਸ ਤਰ੍ਹਾਂ ਕਰਕੇ ਰੱਖੇ ਹੋਏ ਆ, ਤੁਸੀਂ ਹੋਮ ਮਿਨਿਸਟਰ ਉੱਥੇ ਆਉਂਦਾ, ਤੁਸੀਂ ਹੋਮ ਮਿਨਿਸਟਰ ਨੂੰ ਮਿਲੋ, ਤੁਸੀਂ ਉਹਨੂੰ ਕਹੋ ਵੀ ਕੀ ਜਸਟੀਫਿਕੇਸ਼ਨ ਹੈ, ਤੁਸੀਂ ਆ ਹੁਣ ਜਿਹੜੇ ਸਾਨੂੰ ਰੋਜ਼ ਦੀ ਰੋਜ਼ ਕਹਿਣ ਦਾ ਮਾਨ ਬਿਲਕਿਸ ਬਾਨੋ ਦੇ ਛੱਡ ਤੇ, ਬਿਲਕਿਸ ਬਾਨੋ ਦੇ, ਉਹ ਜਾ ਕੇ ਉੱਥੇ ਹੋਮ ਮਿਨਿਸਟਰ ਨੂੰ ਕਹਿਣਾ ਚਾਹੀਦਾ, ਉਹ ਉੱਥੇ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਕਹਿਣਾ ਚਾਹੀਦਾ ਵੀ ਤੂੰ ਕੀ ਨਿਆਂ ਹੈ ਤੁਹਾਡਾ, ਔਰ ਕਿਸ ਤਰ੍ਹਾਂ ਦੀ ਤੁਸੀਂ ਸਰਕਾਰ ਬਣਾਈ ਹੈ। ਤੁਸੀਂ ਕਹਿੰਦੇ ਹੋ 1000 ਸਾਲ ਬਾਅਦ ਅਸੀਂ ਸੱਤਾ ਦੇ ਵਿੱਚ ਆਏ ਹਾਂ, ਤੇ ਤੁਸੀਂ 1000 ਸਾਲ ਬਾਅਦ ਸਾਡੇ ਨਾਲ ਅਨਿਆਂ ਕਰਨ ਵਾਸਤੇ ਆਏ ਹੋ? ਅਸੀਂ 500 ਸਾਲ ਤੁਹਾਡੀ ਰੱਖਿਆ ਕਰਦੇ ਰਹੇ, ਤੁਹਾਨੂੰ ਬਚਾਉਂਦੇ ਰਹੇ,
ਸਾਡੇ ਜਿਹੜੇ ਬਲਾਵਾਂ ਆਉਂਦੀਆਂ ਸੀ ਅਸੀਂ ਆਪਣੇ ਉੱਤੇ ਝੇਲਦੇ ਰਹੇ ਤੇ ਤੁਹਾਨੂੰ ਬਚਾਉਂਦੇ ਰਹੇ ਤੇ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ? ਕਦੇ ਕੋਈ ਗੱਲ ਸੁਣੀ ਹੈ ਇਹਨਾਂ ਦੀ ਇਸ ਤਰ੍ਹਾਂ ਦੀ? ਹੁਣ ਇਹ ਕੋਈ ਇੱਕੋ ਗੱਲ ਥੋੜਾ ਹੁੰਦੀ ਹੈ ਵੀ ਤੁਸੀਂ ਸਪੀਚ ਦੇਦਾ ਜਾਂ ਬੋਲਦਾ ਜਾਂ ਚੁੱਪ ਕਰਕੇ ਬੈਠ ਗਏ ਤੇ ਗੱਲ ਹੋ ਜਾਏਗੀ। ਜੇ ਇੰਨੀ ਕੁ ਨਾਲ ਹੁੰਦਾ ਹੁੰਦਾ ਤਾਂ ਕਦੋਂ ਦਾ ਹੋ ਗਿਆ ਹੁੰਦਾ? ਹੁਣ ਇਹ ਇਸ ਦੀ ਜਿਹੜੀ ਫੋਲੋ ਅਪ ਆ ਉਹ ਕਿਸ ਨੇ ਕਰਨੀ ਹੈ? ਉਹ ਵੀ ਤਾਂ ਇਸੇ ਨੇ ਕਰਨੀ ਹੈ ਨਾ, ਜਿਹੜਾ ਜਿਹਨੇ ਇਹ ਆਪਣੇ ਇਹ ਜ਼ਿੰਮੇਵਾਰੀ ਲਈ ਹੈ ਇਸ ਫਰਜ਼ ਨੂੰ ਨਿਭਾਉਣ ਦੀ। ਸੋ ਇਹ ਕੋਈ ਕਿਸੇ 'ਤੇ ਆਸਾਨ ਨਹੀਂ ਹੈ। ਅੱਛਾ, ਪਿਛਲੀ ਵਾਰੀ ਕੀ ਹੋਇਆ ਸੀਗਾ? ਹੁਣ ਇਹ ਕਹਿੰਦਾ ਕਿ ਜੀ ਮੈਂ 13 ਬੰਦੇ ਖੜੇ ਕਰਨੇ ਆ। ਪਿਛਲੀ ਵਾਰੀ ਇਹਨੂੰ 13 ਬੰਦੇ ਮਿਲੇ ਸੀ 1990 ਦੇ ਵਿੱਚ। ਉਹ ਕੁਛ ਇੰਡੀਪੈਂਡੈਂਟ ਇਲੈਕਟ ਹੋਏ ਸੀ, ਕੁਛ ਇੱਧਰ ਕੁਛ ਹੈਲਪ ਕਰਨ ਲੱਗ ਪਏ ਸੀ ਕਿਰਪਾਲ ਸਿੰਘ ਵਰਗੇ ਕਿਸੇ ਹੋਰ ਪਾਰਟੀ ਦੇ ਉੱਤੇ, ਤਾਂ 12-13 ਬੰਦੇ ਹੋ ਗਏ ਸੀਗੇ। 12-13 ਬੰਦਿਆਂ ਦੀ ਇਹ ਮੈਨੂੰ ਇੱਕ ਦੱਸੇ ਵੀ ਇਸਨੇ ਇੱਕ ਮੀਟਿੰਗ ਕੀਤੀ ਹੋਈ? ਕਦੇ ਉਹਨਾਂ 13 ਬੰਦਿਆਂ ਦੀ ਇੱਕ ਮੀਟਿੰਗ ਨਹੀਂ ਹੋਈ। ਔਰ ਬਹਾਨਾ ਬਣਾ ਕੇ ਕਿਰਪਾਨ ਦਾ ਪਾਰਲੀਮੈਂਟ ਤੋਂ ਬਾਹਰ ਬੈਠ ਗਏ। ਹੁਣ ਇਸ ਤਰ੍ਹਾਂ ਨਾਲ ਜਿਸ ਵੇਲੇ ਮੌਕਾ ਹੁੰਦਾ ਉਸ ਵੇਲੇ ਤੁਸੀਂ ਕੁਛ ਕਰਦੇ ਨਹੀਂ, ਤੇ ਫਿਰ ਤੁਸੀਂ ਕਹਿੰਦੇ ਹੋ ਵੀ ਸਾਨੂੰ ਫਿਰ ਤਾਕਤ ਦਿਓ, ਫਿਰ ਤਾਕਤ ਦਿਓ। ਮੈਂ ਕਹਿੰਦਾ ਕਿ ਇਹ ਅਕਾਲੀ ਦਲ ਬਣਾਓ, ਅਸਲੀ ਅਕਾਲੀ ਦਲ ਬਣਾਓ, ਔਰ ਉਹ ਸੰਵਿਧਾਨ ਦੇ ਉੱਤੇ ਬੇਸਡ ਹੋਵੇ, ਨਾ ਕਿ ਇੱਕ ਬੰਦੇ ਦੇ ਹੁਕਮ ਦੇ ਉੱਤੇ, ਜਿਹੜਾ ਇੱਕੋ ਹੀ ਬੰਦਾ ਟਿਕਟਾਂ ਦੇਵੇ, ਇੱਕੋ ਹੀ ਬੰਦਾ ਪਾਰਲੀਮੈਂਟ ਦੇ ਮੈਂਬਰ ਖੜੇ ਕਰੇ, ਇੱਕੋ ਹੀ ਬੰਦਾ ਅਸੈਂਬਲੀ ਦੇ, ਇੱਕੋ ਹੀ ਬੰਦਾ SGPC ਦੇ ਟਿਕਟਾਂ ਦੇਵੇ। ਇਹੋ ਜਿਹਾ ਬਾਅਦ ਦਲ ਨਾ ਬਣਾਓ, ਦਲ ਬਣਾਓ ਜਿਸ ਤਰ੍ਹਾਂ ਦਾ ਦਲ ਸਾਡਾ ਹੁੰਦਾ ਸੀਗਾ, ਔਰ ਉਹਦੇ ਵਿੱਚ ਕਲੈਕਟਿਵ ਰਿਸਪੋਂਸਿਬਿਲਿਟੀ ਹੋਵੇ। ਜਿਵੇਂ ਕਿ 1988 ਤੋਂ ਪਹਿਲਾਂ, 78 ਤੋਂ ਪਹਿਲਾਂ ਰਹੀ ਹੈ। ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਵੇਲੇ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਂਚ ਕਰਨ ਲੱਗੀ ਹੈ, ਇਹਨੂੰ ਸੁਨੇਹਾ ਆਇਆ, ਜਿਨ੍ਹਾਂ ਨੇ 2-3 ਬੰਦਿਆਂ ਦੇ ਰਾਹੀਂ ਸੁਨੇਹਾ ਆਇਆ, ਉਹਨਾਂ ਦੇ ਵਿੱਚੋਂ ਇੱਕ ਨੇ ਮੈਨੂੰ ਦੱਸਿਆ ਜੋ ਉਸ ਵੇਲੇ ਉੱਥੇ ਮੌਜੂਦ ਸੀ, ਔਰ ਉਸਨੇ ਕਿਹਾ ਕਿ ਜੀ ਤੁਸੀਂ ਸਾਡੇ ਜਿਹੜੇ ਤੁਹਾਡੇ ਮਸਲੇ ਹਨਗੇ ਤੁਸੀਂ ਹੱਲ ਕਰ ਲਓ, ਤੁਸੀਂ ਹੁਣ ਜੈਪ੍ਰਕਾਸ਼ ਨਾਰਾਇਣ ਮੇਰੇ ਨਾਕਜ਼ਦਮ ਕਰ ਰਿਹਾ, ਮੈਨੂੰ ਐਕਸ਼ਨ ਲੈਣਾ ਪੈਣਾ ਇਹਦੇ ਵਰਖਿਲਾਫ, ਤੁਸੀਂ ਇਹਦੇ ਨਾਲ ਨਾ ਖੜਿਓ। ਤਾਂ ਇਹਨਾਂ ਨੇ ਨਹੀਂ ਜੀ, ਇਸ ਤਾਂ ਬਿਨਾਂ ਸ਼ਰਤ ਇਹਨੂੰ ਹਮਾਇਤ ਦੇਵਾਂਗੇ, ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਹਮਾਇਤ ਦੇ ਕੇ ਕੀ ਇਹਨਾਂ ਦੇ ਪੱਲੇ ਪਿਆ? ਔਰ ਤਾਮਿਲਨਾਡੂ ਵਾਲਿਆਂ ਨੇ ਜਿਹੜੇ ਆਪਣਾ ਸਮਝੌਤਾ ਕਰਕੇ ਤੇ ਆਪਣੇ ਦੇਸ਼ ਨੂੰ ਇੱਕ ਆਲਾ ਕਿਸਮ ਦਾ ਪ੍ਰਦੇਸ਼ ਬਣਾ ਲਿਆ, ਇਹ ਕਹਿੰਦੇ ਨਹੀਂ ਅਸੀਂ ਤਾਂ ਇਹਨਾਂ ਦੀ ਮਦਦ ਕਰਾਂਗੇ, ਤੇ ਇੱਕ ਸਾਰੀ ਕੌਮ ਨੂੰ ਜੇਲ੍ਹਾਂ ਦੇ ਵਿੱਚ ਰੋਲਿਆ, 2.5 ਲੱਖ ਸ਼ਹੀਦੀਆਂ ਹੋ ਗਈਆਂ, ਤੇ ਪੱਲੇ ਇਹਨਾਂ ਦੇ ਕੀ ਪਿਆ? ਕੀ ਉਹਨਾਂ ਨੇ ਦਿੱਤਾ ਇਹਨਾਂ ਨੂੰ, ਜਿਹੜਾ ਕੀ ਕਿਹੜਾ ਮਸਲਾ ਹੱਲ ਕਰਵਾ ਲਿਆ? ਸੋ ਇਹ ਲੋਕ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਭਾਵਨਾਵਾਂ ਹਨਗੀਆਂ, ਕਿਸ ਤਰ੍ਹਾਂ ਦੇ ਵਿਚਾਰ ਹਨਗੇ। ਇੰਨੇ ਇੰਨੇ ਬੱਚੇ ਸ਼ਹੀਦ ਹੁੰਦੇ ਵੇਖ ਕੇ ਇਹਨਾਂ ਨੂੰ ਤਰਸ ਨਹੀਂ ਆਉਂਦਾ? ਇਹ ਲੋਕ ਇਹ ਨਹੀਂ ਦੇਖਦੇ ਕਿ ਜੀ ਇਹਨਾਂ ਨੂੰ ਬਚਾਉਣਾ ਸਾਡਾ ਫਰਜ਼ ਹੈ? ਜੇ ਅਸੀਂ ਜ਼ਿੰਮੇਵਾਰੀ ਲੀਡਰਸ਼ਿਪ ਦੀ ਲਈ ਹੈ ਤਾਂ ਇਹਨਾਂ ਦੇ ਵਾਸਤੇ ਹਾਹ ਦਾ ਨਾਰਾ ਮਾਰਨਾ, ਇਹਨਾਂ ਦੇ ਵਾਸਤੇ ਉਸ ਤੋਂ ਅਗਾਂਹ ਜਾ ਕੇ ਕੰਮ ਕਰਨਾ ਸਾਡਾ ਫਰਜ਼ ਹੈ। ਮੈਂ ਹੁਣ ਕੀ ਇਹਨਾਂ ਦੀਆਂ ਗੱਲਾਂ ਕਰੀਏ? ਸੋ ਇਹ ਹੋਰ ਵੀ ਤਰੀਕੇ ਹੁੰਦੇ ਨੇ, ਸਿਰਫ ਇਹੀ ਨਹੀਂ ਹੁੰਦਾ ਕਿ ਤੁਸੀਂ ਸਪੀਚ ਦੇ ਦਿੱਤਾ ਤੁਸੀਂ ਨਾ ਲੈ ਕੇ। ਸਰਦਾਰ ਸਾਹਿਬ, ਜਿਹੜੀ ਮੈਂ ਗੱਲ ਕੀਤੀ ਸੀ ਕਿ ਢੀਂਡਸਾ ਸਾਹਿਬ ਤੇ ਬੀਬੀ ਜਗੀਰ ਕੌਰ ਜਦੋਂ ਸ਼੍ਰੋਮਣੀ ਕਮੇਟੀ ਨੂੰ ਜਾਂ ਅਕਾਲੀ ਦਲ ਨੂੰ ਇਹਨਾਂ ਦੇ ਕਬਜ਼ੇ ਤੋਂ ਮੁਕਤ ਕਰਨ ਦੀ ਗੱਲ ਕਰਦੇ ਨੇ, ਉਹਨੂੰ ਕਿੰਨਾ ਕੁ ਮਤਲਬ ਕਿ ਆਪਾਂ ਵਜ਼ਨਦਾਰ ਸਮਝੀਏ ਕਿ ਉਹ ਦਲ ਜਿਹੜਾ ਆ ਜਾਂ ਉਹ ਧੜਾ ਜਿਹੜਾ ਆ ਉਹ ਸਿੱਖਾਂ ਦੀ ਤਰਜਮਾਨੀ ਕਰੇਗਾ? ਸਾਰਾ ਕੁਛ ਜਿਹੜਾ ਹੋਇਆ ਨਾ, ਆਪਾਂ ਹੁਣ ਤੱਕ ਜ਼ਿਕਰ ਕੀਤਾ, ਗੱਲ ਕੀਤੀ ਆ, ਔਰ ਸਾਰਾ ਆਪਾਂ ਪੰਜਾਬ ਵਾਲੇ ਜਾਣਦੇ ਹਾਂ, ਉਹ ਇਹਨਾਂ ਮਹਾਂਪੁਰਸ਼ਾਂ ਦੇ ਵਿੱਚ ਬੈਠਿਆ ਹੋਇਆ। ਕਦੇ ਇਹਨਾਂ ਨੇ ਇਤਰਾਜ਼ ਕੀਤਾ? ਇਹ ਤਾਂ ਕਹਿੰਦੇ ਸੀ ਕੋਈ ਗੱਲ ਨਹੀਂ, ਸਾਨੂੰ ਬਣਾ ਦਿਓ ਰਾਜ ਸਭਾ ਦਾ ਮੈਂਬਰ, ਸਾਡੇ ਮੁੰਡੇ ਨੂੰ ਬਣਾ ਦਿਓ ਮਿਨਿਸਟਰ, ਸਾਡਾ ਫਲਾਨੇ ਨੂੰ ਆਹ ਕਰ ਦਿਓ ਤੇ ਸਾਨੂੰ ਬਣਾ ਦਿਓ ਸੈਕਟਰੀ ਜਨਰਲ, ਤੇ ਠੀਕ ਆ ਸਾਰਾ ਕੁਛ, ਚੱਲੀ ਜਾਣ ਦਿਓ, ਚੱਲੀ ਜਾਣ ਦਿਓ। ਉਸ ਵੇਲੇ ਇਹ ਹਾਂ ਦਾ ਨਾਰਾ ਮਾਰਦੇ, ਸਾਡੇ ਵਾਸਤੇ ਖੜਦੇ। ਮੇਰੇ ਵਰਗੇ ਆਦਮੀ ਨੂੰ ਪਤਾ ਸੀ ਕਿ ਇਹ ਜਿਹੜਾ ਕੁਛ ਹੋ ਰਿਹਾ ਇਹ ਸਾਰਾ ਕੁਛ ਗਲਤ ਹੈ, ਔਰ ਬਥੇਰਾ ਮੈਂ ਉਸ ਵੇਲੇ ਇੱਕ ਆਰਟੀਕਲ ਲਿਖਿਆ ਅਖਬਾਰ ਦੇ ਵਿੱਚ ਜਿਹੜਾ ਪੰਜਾਬੀ ਟ੍ਰਿਬਿਊਨ ਨੇ ਛਾਪਿਆ ਕਿ ਅਕਾਲੀ ਦਲ ਕੇ ਅਕਾਲ ਚਲਾਉਣੇ ਕੀ ਸਾਖੀ, ਤੇ ਅਕਾਲੀ ਦਲ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਅਕਾਲ ਚਲਾਉਣਾ ਕਰ ਰਿਹਾ ਸੀ। ਮੈਨੂੰ ਜੇ ਦਿਸਦਾ ਸੀ ਬਾਹਰ ਬੈਠੇ ਨੂੰ, ਤੇ ਅੰਦਰ ਤਾਂ ਇਹਨਾਂ ਨੂੰ ਹੋਰ ਜ਼ਿਆਦਾ ਇਨਫੋਰਮੇਸ਼ਨ ਹੋਏਗਾ ਇਹਨਾਂ ਕੋਲ, ਤੇ ਇਹਨਾਂ ਨੇ ਕਿਉਂ ਨਹੀਂ ਇਹ ਇੱਕ ਹਾਂ ਦਾ ਨਾਰਾ ਮਾਰਿਆ, ਕਿਉਂ ਨਹੀਂ ਇਸ ਨੂੰ ਬਚਾਉਣ ਵਾਸਤੇ ਕੁਛ ਕੀਤਾ, ਕਿਉਂ ਨਹੀਂ ਅੱਜ ਜੇ ਨਿਕਲੇ ਨੇ ਇਹ ਤਾਂ ਅੱਜ ਇਹ ਕੋਈ ਇਸ ਤਰ੍ਹਾਂ ਦਾ ਕਿਉਂ ਨਹੀਂ ਬਣਾਉਂਦੇ ਕਿ ਜਿਸ ਦੇ ਵਿੱਚ ਇਹ ਨਾ ਹੋਣ, ਇਹ ਕਹਿਣ ਵੀ ਸਾਡੇ ਕੋਲੋਂ ਬਥੇਰੀਆਂ ਗਲਤੀਆਂ ਹੋ ਗਈਆਂ ਲੇਕਿਨ ਅਸੀਂ ਬਣਾਉਣਾ ਚਾਹੁੰਦੇ ਹਾਂ, ਔਰ ਅਸੀਂ ਇਹ ਚਾਹੁੰਦੇ ਹਾਂ
ਕਿ ਸਾਰੇ ਜਿਹੜੇ ਨੌਜਵਾਨ ਹੈਗੇ ਪੰਜਾਬ ਦੇ ਉਹ ਸਾਹਮਣੇ ਆਉਣ ਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਸਪੋਰਟ ਕਰਦੇ ਹਾਂ। ਸਾਡੇ ਕੋਲ ਐਕਸਪੀਰੀਅੰਸ ਹੈ, ਅਸੀਂ ਜਿਹੜੇ ਠੇਡੇ ਖਾਧੇ ਨੇ ਉਹ ਨਹੀਂ ਖਾਣੇ ਚਾਹੀਦੇ ਕਿਸੇ ਨੂੰ, ਤੇ ਅਸੀਂ ਤੁਹਾਡੀ ਮਦਦ ਕਰਦੇ ਹਾਂ। ਬੀਬੀ ਹੋਰਾਂ ਬਾਰੇ ਵੀ ਇਹੀ ਗੱਲ ਹੈ, ਦੋ ਵਾਰੀ ਤਾਂ ਇਹ ਪ੍ਰਧਾਨ, ਤਿੰਨ ਵਾਰੀ ਪਤਾ ਨੀ ਕਿੰਨੇ ਵਾਰੀ ਬਣ ਚੁੱਕੇ ਨੇ, ਤੇ ਕਹਿੰਦੇ ਨੇ ਵੀ ਹੁਣ ਮੈਨੂੰ ਸੁਰਤ ਆਈ ਹੈ ਵੀ ਅਕਾਲੀ ਦਲ ਨੂੰ ਬਚਾਉਣਾ, ਤੇ ਉਸ ਵੇਲੇ ਕਿੱਥੇ ਸੀਗੇ? ਯਾਨੀ ਮੈਂ ਅਜੀਬ ਤਮਾਸ਼ਾ, ਔਰ ਕਿਸ ਤਰ੍ਹਾਂ ਜਿਵੇਂ ਨਾ ਕੋਈ ਉਹ ਜਾਦੂਗਰ ਆਉਂਦਾ ਸੀਗਾ, ਇੱਕ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਸੀ ਤਾਂ ਉਹ ਆ ਕੇ 15 ਮਿੰਟ ਲੇਟ ਆਉਂਦਾ ਸੀ ਤੇ ਫਿਰ ਆ ਕੇ ਵਿੱਚ ਝੁਰਲੂ ਜਿਹਾ ਫੇਰ ਕੇ ਲੋਕਾਂ ਨੂੰ ਮੈਸਮਰਾਈਜ਼ ਕਰਕੇ ਤੇ ਕਹਿੰਦਾ ਸੀ ਟਾਈਮ ਦੇਖਿਓ ਤਾਂ ਟਾਈਮ ਉਹ ਪੂਰਾ ਹੁੰਦਾ ਸੀਗਾ। ਇਹ ਤਾਂ ਇਹੋ ਜਿਹੀਆਂ ਗੱਲਾਂ ਕਰ ਰਹੇ ਆ ਜਾਦੂ ਟੂਣਿਆਂ ਵਾਲੀਆਂ। ਕੋਈ ਇਹਨਾਂ ਦੇ ਕੋਲੇ ਪ੍ਰੋਗਰਾਮ ਕੀ ਹੈ? ਇਹ ਆਪਣੇ ਆਪ ਨੂੰ ਅਸੀਂ ਕਿਵੇਂ ਜਾਣੀਏ ਕਿ ਦੁਬਾਰੇ ਆਪਣੇ ਆਪ ਨੂੰ ਸੁਰਜੀਤ ਨਹੀਂ ਕਰਨਾ ਚਾਹੁੰਦੇ ਤੇ ਅਕਾਲੀ ਦਲ ਨੂੰ ਸੁਰਜੀਤ ਕਰਨਾ ਚਾਹੁੰਦੇ ਨੇ? ਤੇ ਅਕਾਲੀ ਦਲ ਨੂੰ ਇਹਨਾਂ ਦਾ ਗੇਮ ਪਲਾਨ ਕੀ ਹੈ, ਇਹਨਾਂ ਦਾ ਰੋਡ ਮੈਪ ਕੀ ਹੈ? ਕੁਛ ਨਾ ਕੁਛ ਤਾਂ ਦੱਸਣ, ਸਿਰਫ ਨਾਰੇ ਲਾਉਣ ਨਾਲ ਤਾਂ ਨਹੀਂ ਹੋ ਜਾਣਾ ਨਾ। ਸਰਦਾਰ ਸਾਹਿਬ, ਜਦੋਂ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਨੌਜਵਾਨੀ ਨੂੰ ਮਤਲਬ ਕਿ ਨਾਲ ਜਾਂ ਨੌਜਵਾਨਾਂ ਦੇ ਨਾਲ ਉਹਨਾਂ ਪੰਥਕ ਚਿਹਰਿਆਂ ਨੂੰ ਵੀ ਉਹਨਾਂ ਲੋਕਾਂ ਨੂੰ ਨਾਲ ਲਿਆ ਜਾਵੇ ਜਿਹਨਾਂ ਦੇ ਅੰਦਰ ਵਾਕਈ ਪੰਥ ਦਰਦ ਹੈ, ਤੇ ਆਪਾਂ ਅਕਸਰ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਵੀ ਗੱਲ ਕਰਦੇ ਹਾਂ, ਉਹਨਾਂ ਨੇ ਵੀ ਹੁਣ ਸ੍ਰੀ ਮੁਕਤਸਰ ਸਾਹਿਬ ਜਾ ਕੇ ਉੱਥੋਂ ਜਿਹੜੇ ਭਾਸ਼ਣ ਦਿੱਤੇ ਨੇ ਜਾਂ ਜੋ ਕੁੱਝ ਲੋਕਾਂ ਨੂੰ ਸੰਬੋਧਿਤ ਹੋ ਕੇ ਕਿਹਾ, ਜੋ ਕੁਛ ਪੰਜਾਬ ਤੇ ਸਿੱਖ ਸਿਆਸਤ ਨੂੰ ਜੋ ਪੰਥਕ ਜਿਹੜਾ ਰੋਲ ਘਚੋਲਾ ਪਿਆ ਹੋਇਆ ਉਹਨੂੰ ਲੈ ਕੇ ਕਿਹਾ, ਉਹਨੂੰ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਅਕਾਲੀ ਦਲ ਜਾਂ ਜਿਹੜੀ ਪੰਥਕ ਸਿਆਸਤ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ ਉਹ ਇਸ ਪਾਸਿਓਂ ਕਿਸੇ ਬੰਨੇ ਲੱਗਦਾ ਨਜ਼ਰ ਆਉਂਦਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਜ਼ਰੀਏ? ਦੇਖੋ, ਇਹ ਅੰਮ੍ਰਿਤਪਾਲ ਨੂੰ ਕਾਫੀ ਸਮਰਥਨ ਮਿਲਿਆ ਕੌਮ ਦਾ, ਔਰ ਖਾਸ ਤੌਰ ਤੇ ਨੌਜਵਾਨਾਂ ਦਾ, ਜਿਹੜਾ ਕਿ ਸਾਨੂੰ ਬਹੁਤ ਸਾਡੇ ਵਾਸਤੇ ਅਹਿਮੀਅਤ ਰੱਖਦਾ ਹੈ। ਨੌਜਵਾਨ ਇੱਕ ਪਾਸੇ ਹੋਣ ਕੌਮ ਦੇ ਤੇ ਉਹ ਕੌਮ ਦੀ ਵਿਗੜੀ ਸਵਾਰਨ ਵਾਸਤੇ ਤਹੀਆ ਕਰ ਲੈਣ ਤਾਂ ਸਾਰਾ ਕੁਛ ਹੋ ਸਕਦਾ ਹੈ। ਸਾਰੇ ਦੁੱਖ ਸਾਨੂੰ ਭੁੱਲ ਜਾਣਗੇ, ਸਾਡੀ ਸ਼ਹੀਦ ਵੀ ਸਾਨੂੰ ਉਹ ਵੀ ਅਸੀਂ ਸਹਿ ਲਾਂਗੇ, ਜਿਹੜਾ ਕੁਛ ਪੰਜਾਬ ਦਾ ਨੁਕਸਾਨ ਹੋਇਆ ਉਹ ਵੀ ਮੁੜ ਕੇ ਵਾਪਸ ਆ ਜਾਏਗਾ ਜੇ ਸਾਰੇ ਦੇ ਸਾਰੇ ਨੌਜਵਾਨ ਇੱਕ ਹੋ ਕੇ ਤਹੀਆ ਕਰ ਲੈਣ। ਲੇਕਿਨ ਮੈਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਦਿਸਦੀ। ਹੁਣ ਪਹਿਲੀ ਵਾਰੀ ਮੈਂ ਉਹਦੇ ਮੂੰਹ ਤੋਂ ਇਹ ਸੁਣਿਆ ਕਿ ਸੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਉਹ ਗੁਰੂ ਹੈ, ਸਤਿਗੁਰੂ ਹੈ ਸਾਡਾ, ਉਸ ਦੀ ਬਾਣੀ ਸੱਚੀ ਹੈ। ਇਹ ਬਹੁਤ ਅੱਛੀ ਡਿਵੈਲਪਮੈਂਟ ਹੈ ਔਰ ਇਸੇ ਰਾਹ ਦੇ ਉੱਤੇ ਤੁਰਨਾ ਚਾਹੀਦਾ। ਆਹ ਸਾਰਾ ਜਿਹੜਾ ਡੇਰਾਵਾਦ ਪੰਜਾਬ ਦੇ ਵਿੱਚ ਫੈਲਿਆ ਹੋਇਆ, ਜਿਹੜਾ ਜੋਕਾਂ ਵਾਂਗੂ ਪੰਥ ਦੀ ਸੱਤਾ ਨੂੰ ਚੂਸ ਰਿਹਾ, ਉਹ ਸਾਰੇ ਦਾ ਸਾਰਾ ਖਤਮ ਹੋ ਜਾਏਗਾ। ਲੋਕ ਜਿਹੜੇ ਹੈਗੇ ਇਹਨਾਂ ਦੀ ਜਿਹੜੀ ਅੰਮ੍ਰਿਤਪਾਲ ਦੀ ਕਮੀ ਮੈਨੂੰ ਜਾਪਦੀ ਹੈ। ਰੱਬ ਜਾਣੇ ਉਹਦੇ ਮਨ ਚ ਕੀ ਹੈ ਤੇ ਕੀ ਉਹ ਕਰਨਾ ਚਾਹੁੰਦਾ, ਮੈਨੂੰ ਨੀ ਪਤਾ, ਉਸਨੂੰ ਕੋਈ ਅਹਿਸਾਸ ਵੀ ਹੈ ਇਸ ਤਰ੍ਹਾਂ ਦਾ ਕਿ ਨਹੀਂ। ਲੇਕਿਨ ਸਾਰਿਆਂ ਨੂੰ ਮਿਲ ਕੇ ਉਸਨੂੰ ਚਾਹੀਦਾ ਹੈ ਕਿ ਇਹ ਸਾਰਿਆਂ ਨੂੰ ਇਕੱਠੇ ਕਰਕੇ ਕਹੇ, ਭਾਈ ਨੌਜਵਾਨ ਮੇਰੇ ਨਾਲ ਆਣਗੇ, ਨੌਜਵਾਨਾਂ ਨੂੰ ਕਹੇ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ 5-5 ਮੈਂਬਰਾਂ ਦੀ ਕਮੇਟੀ ਬਣਾਓ ਤੇ ਆਪਾਂ ਇੱਕ ਅਕਾਲੀ ਦਲ ਨੂੰ ਸੁਰਜੀਤ ਕਰੀਏ। ਫਿਰ ਉਹ ਦੂਸਰਿਆਂ ਕੋਲੇ ਜਾਵੇ ਕਿ ਭਾਈ ਤੁਸੀਂ ਸਾਰੇ ਸਹਿਯੋਗ ਦਿਓ, ਦੇਖੋ ਮੈਂ ਮੇਰਾ ਤਾਂ ਕੋਈ ਇੱਥੇ ਇੰਨਾ ਤਜਰਬਾ ਨਹੀਂ ਹੈ, ਤੁਸੀਂ ਸਾਰੇ ਤਜਰਬਾ ਰੱਖਦੇ ਹੋ, ਤੁਸੀਂ ਸਾਰੇ ਸਾਡੀ ਮਦਦ ਕਰੋ ਤੇ ਇਹ ਆਪਾਂ ਇੱਕ ਨਵੀਂ ਪਾਰਟੀ ਅਕਾਲੀ ਦਲ ਕਹੋ, ਉਸਨੂੰ ਕੋਈ ਜੋ ਹੋਰ ਮਰਜ਼ੀ ਨਾਂ ਦੇ ਦਿਓ, ਸੰਵਿਧਾਨ ਉਹ ਰੱਖੋ ਅਕਾਲੀ ਦਲ ਵਾਲਾ ਤੇ ਤੁਸੀਂ ਇਸ ਦੇ ਵਿੱਚ ਸਹਿਯੋਗ ਦਿਓ। ਇਹੋ ਜਿਹੀ ਗੱਲ ਕਰਕੇ ਲੋਕਾਂ ਨੂੰ ਨਾਲ ਲਾ ਕੇ ਇੱਕ ਸਾਂਝਾ ਪਾਰਲੀਮੈਂਟਰੀ ਬੋਰਡ ਬਣਾ ਲੈਣ। ਉਸ ਸਾਂਝੇ ਪਾਰਲੀਮੈਂਟਰੀ ਬੋਰਡ ਤੋਂ ਬਾਹਰ ਕਿਸੇ ਨੂੰ ਟਿਕਟ ਦਿੱਤੀ ਲੋਕ ਮੰਨਣ ਨਾ, ਤੇ ਢੀਂਡਸਾ ਵੀ ਵਿੱਚ ਸ਼ਾਮਿਲ ਹੋ ਜਾਏ, ਇੱਕ ਮਾਨ ਵੀ ਵਿੱਚ ਸ਼ਾਮਿਲ ਹੋ ਜਾਏ, ਅੰਮ੍ਰਿਤਪਾਲ ਵੀ ਵਿੱਚ ਸ਼ਾਮਿਲ ਹੋ ਜਾਏ, 1920 ਅਕਾਲੀ ਦਲ ਵੀ ਸ਼ਾਮਿਲ ਹੋ ਜਾਏ, ਜਿਹੜਾ ਕੋਈ ਬਾਕੀ ਰਹਿ ਗਿਆ ਉਹ ਵੀ ਸ਼ਾਮਿਲ ਹੋ ਜਾਏ। ਲੇਕਿਨ ਜਿਹੜੀ ਇਹਨਾਂ ਦੀ ਕਮੇਟੀ ਹੋਵੇ ਨਾ ਟਿਕਟਾਂ ਦੇਣ ਵਾਲੀ, ਉਹ ਇੱਕ ਹੋਵੇ, ਕ੍ਰਾਈਟੇਰੀਆ ਫਿਕਸ ਕਰ ਲੈਣ ਵੀ ਅਸੀਂ ਇੰਨੇ ਸਾਲ ਤੱਕ ਦੇ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਟਿਕਟਾਂ ਦੇਣੀਆਂ, ਆਹ ਉਹਨਾਂ ਦਾ ਕ੍ਰਾਈਟੇਰੀਆ ਹੋਣਾ ਚਾਹੀਦਾ, ਔਰ ਇਸ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਦੇਣੀਆਂ। ਇਹੋ ਜਿਹਾ ਬਣਾ ਕੇ ਕਿ ਪਾਰਲੀਮੈਂਟਰੀ ਬੋਰਡ ਬਣ ਜਾਏ, ਇਹ ਅੰਮ੍ਰਿਤਪਾਲ ਕਰ ਸਕਦਾ, ਇਹ ਢੀਂਡਸਾ ਵੀ ਕਰ ਸਕਦਾ, ਇਹ ਜਿਹੜੇ ਮਾਨ ਨੇ ਤਾਂ ਕਰਨਾ ਨਹੀਂ, ਕਿਉਂਕਿ ਉਸਦਾ ਤਾਂ ਇੱਕੋ ਹੀ ਫਾਰਮੂਲਾ ਹੈ ਕਿ ਜੀ ਮੇਰੀ ਸ਼ਰਨ ਦੇ ਵਿੱਚ ਆ ਜਾਓ, ਮੇਰੇ ਪੈਰੀ ਪੈ ਜਾਓ, ਮੈਂ ਬੰਦੇ ਖੜੇ ਕਰ ਦੇਗਾ। ਜਦੋਂ ਪਿਛਲੇ ਵਾਰੀ 13 ਬੰਦੇ ਖੜੇ ਹੋਏ ਸੀ, ਫਿਰ ਕੀ ਇਹਨੇ ਲੈ ਕੇ ਦਿੱਤਾ ਸੀ ਸਾਨੂੰ, ਕੀ ਹਾਸਲ ਕੀਤਾ ਉੱਥੇ ਜਾ ਕੇ?
ਤੇ ਕੀ ਇਸਦਾ ਔਰ ਕੰਟਰੀਬਿਊਸ਼ਨ ਰਿਹਾ। ਉੱਥੇ ਵੀ ਇਹ ਕਹਿੰਦਾ ਰਿਹਾ ਰਾਜੇ ਨੂੰ, ਰਾਜਾ ਜੀ ਕਹਿੰਦਾ ਸੀਗਾ ਪ੍ਰਾਈਮ ਮਿਨਿਸਟਰ ਨੂੰ ਕਿ ਇਹਨਾਂ ਨੂੰ ਪੂਰੀ ਹਮਾਇਤ ਆ ਸਾਡੀ ਇਸ ਦੀਆਂ ਜਾ ਕੇ। ਇੱਥੇ ਮੇਰੇ ਕੋਲ ਨੋਟ ਆਇਆ ਉਹਨਾਂ ਦਿਨਾਂ ਦੇ ਵਿੱਚ, ਇਹ ਆਪ ਅਗਿਆਤਵਾਸ 'ਚ ਲੈ ਗਿਆ ਅਤੇ ਉਹ ਨੋਟ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਹੁਣ ਤਾਂ ਇਸ ਵੇਲੇ ਤਾਂ ਫੌਜਾਂ ਜਿਹੜੀਆਂ ਹੈਗੀਆਂ ਉਹ ਜਿਹੜੇ ਇਹਨਾਂ ਨੇ ਰੇਰ ਵੀਰੋ ਨੇ ਜ਼ੁਲਮ ਕੀਤੇ ਆ ਉਹਨਾਂ ਦੀ ਤਹਿਕੀਕਾਤ ਕਰ ਰਹੀਆਂ। ਜੇ ਰਾਜਾ ਸਾਹਿਬ ਨੂੰ ਕੋਈ ਤਕਲੀਫ ਹੋਈ ਤਾਂ ਸਾਰੇ ਉੱਥੇ ਪਹੁੰਚ ਕੇ ਉਸ ਦੀ ਸਰਕਾਰ ਨੂੰ ਬਚਾਉਣਗੇ। ਇਹੋ ਜਿਹੀਆਂ ਗੱਲਾਂ ਇਹ ਹਵਾਈ ਗੱਲਾਂ ਕਰਦੇ ਨੇ ਲੋਕ, ਤੇ ਜਿਸ ਵੇਲੇ ਸਿਆਸੀ ਫੈਸਲੇ ਲੈਣ ਦਾ, ਸਿਆਸਤ ਕਰਨ ਦਾ ਮੌਕਾ ਹੁੰਦਾ, ਇਹ ਸਾਰੀ ਸਿਆਸਤ ਸਾਡੇ ਨਾਲ ਕਰਦੇ ਨੇ, ਸਾਨੂੰ ਉੱਲੂ ਬਣਾਉਣ ਵਾਸਤੇ ਕਰਦੇ ਨੇ। ਉਹ ਮੈਂ ਤਾਂ ਜਾਣਾ ਜੇ ਸਿਆਸਤ ਉਹਨਾਂ ਨਾਲ ਕਰਕੇ ਤੇ ਸਾਨੂੰ ਫਾਇਦਾ ਪਹੁੰਚਾਉਣ ਤੇ ਉਹਨਾਂ ਨੂੰ ਬੇਵਕੂਫ ਬਣਾਉਣ, ਲੇਕਿਨ ਇਹ ਉਹ ਨਹੀਂ ਕਰਦੇ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ, ਭਾਈ ਅੰਮ੍ਰਿਤਪਾਲ ਨਵਾਂ ਆਇਆ ਮੁੰਡਾ, ਕਦੇ ਕਦੇ ਬਹੁਤ ਚੰਗੀਆਂ ਗੱਲਾਂ ਕਰ ਦਿੰਦਾ, ਜਿਸ ਤਰ੍ਹਾਂ ਕਿ ਆ ਵਿਸਾਖੀ ਦੇ ਲੋਹੜੀ ਦੇ ਮਾਘੀ ਦੇ ਮੇਲੇ ਦੇ ਉੱਤੇ ਉਹਨੇ ਮੁਕਤਸਰ ਦੇ ਵਿੱਚ ਕੀਤੀ ਹੈ ਕਿ ਸੱਚੀ ਬਾਣੀ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਗੁਰੂ ਨੇ ਲਾਇਆ ਹੈ, ਇਹ ਸੱਚੀ ਬਾਣੀ ਹੈ। ਹੁਣ ਇਸ ਦੇ ਉੱਤੇ ਬਹੁਤ ਸਾਰਾ ਕੁਛ ਬਿਲਡ ਕੀਤਾ ਜਾ ਸਕਦਾ ਹੈ, ਔਰ ਇਹ ਸਾਰੇ ਜਿਹੜਾ ਸਿੱਖੀ ਦੇ ਅੱਧੇ ਕੋੜ ਵੱਢੇ ਜਾ ਸਕਦੇ ਆ ਇਸ ਗੱਲ ਦੇ ਉੱਤੇ। ਸੋ ਇਸ ਨੂੰ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ। ਇਹ ਜ਼ਿੰਦਗੀ ਇੱਕੋ ਵਾਰ ਆਉਂਦੀ ਹੈ, ਫਿਰ ਪਤਾ ਨਹੀਂ ਮੌਕਾ ਮਿਲਦਾ ਕਿ ਨਹੀਂ ਮਿਲਦਾ, ਕਿੰਨੀ ਦੇਰ ਤੱਕ ਮਿਲਦਾ ਰੱਬ ਜਾਣੇ, ਪਰਮਾਤਮਾ ਦੀਆਂ ਖੇਡਾਂ ਦਾ ਕੋਈ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ, ਉਹ ਤਾਂ ਬੇਅੰਤ ਹੈ। ਸੋ ਇਹ ਜਿਹੜਾ ਕੁਛ ਹੈ ਇਸ ਨੂੰ, ਇਹ ਜਿਹੜੇ ਕੌਮ ਦੇ ਮਗਰ ਇਹ ਦੇ ਲੱਗੇ ਹੋਏ ਹੈ, ਜਿਹੜੇ ਸਾਰਾ ਕੌਮ ਦੀ ਸੱਤਿਆ ਚੂਸ ਜਾਂਦੇ ਹੈ ਔਰ ਆਪਣੇ ਘਰ ਭਰਦੇ ਆ, ਉਹਨੂੰ ਟਰਾਂਸਲੇਟ ਕਰਦੇ ਆ ਪੋਲੀਟੀਕਲ ਪਾਰਟੀ ਨੂੰ ਆਪਣੇ ਧਨ ਜੋੜਨ ਦੇ ਮਨਸੂਬਿਆਂ ਦੇ ਵਿੱਚ, ਉਸ ਦੇ ਵਿੱਚ ਯੂਜ਼ ਕਰਦੇ ਨੇ, ਉਹਨਾਂ ਲੋਕਾਂ ਨੂੰ ਮਗਰੋਂ ਲਾ ਦਿਓ। ਇਹ ਕੌਮ ਵਿਚਾਰੀ ਬੜੀ ਭੋਲੀ ਕੌਮ ਹੈ, ਇਸ ਨੂੰ ਸਮਝ ਨਹੀਂ ਆ ਰਿਹਾ, ਇਹਦਾ ਕਸੂਰ ਕੋਈ ਨਹੀਂ। ਰੋਜ਼ ਸਵੇਰੇ ਸ਼ਾਮ ਅਰਦਾਸਾਂ ਕਰਦੇ ਨੇ ਸਤਿਗੁਰੂ ਭਰੋਸਾ ਦਾਨ ਦੇ, ਉਹ ਭਰੋਸਾ ਦਾਨ ਗੁਰੂ ਸਾਹਿਬ ਨੇ ਜ਼ਿਆਦਾ ਦੇ ਤਾ, ਹੁਣ ਕੀ ਕਰਨੇ ਇਹ ਲੋਕ। ਫਿਰ ਜਿਹੜਾ ਇਹ ਹੁਣ ਮਾਨ ਗੁਰੂ ਨਾਲ ਰੋਸ ਕਰ ਰਿਹਾ, ਇੱਕ ਸੁਣਿਆ ਇੱਥੋਂ ਮਾਘੀ ਮੇਲੇ ਦਾ, ਗੁਰੂ ਨਾਲ ਰੋਸ ਕਰ ਰਿਹਾ, ਕੌਮ ਨਾਲ ਰੋਸ ਕਰ ਰਿਹਾ, ਸੰਗਤ ਨਾਲ ਰੋਸ ਕਰ ਰਿਹਾ, ਯਾਨੀ ਕਿ ਇੱਕ ਜੰਜ ਕੁਪੱਤੀ ਤੇ ਸੁਥਰਾ ਭਲਾ ਮਾਨਸ, ਮੈਂ ਹੀ ਇੱਕ ਹਮਦਰਦ ਰਹਿ ਗਿਆ, ਨਾ ਤਾਂ ਗੁਰੂ ਕੌਮ ਦੇ ਕੌਮ ਦੀ ਸੁਣਦਾ ਤੇ ਨਾ ਸੰਗਤ ਗੁਰੂ ਦੀ ਸੁਣਦੀ ਹੈ ਨਾ ਮੇਰੀ ਸੁਣਦੀ ਹੈ। ਯਾਨੀ ਇਹ ਕਿਸ ਤਰ੍ਹਾਂ ਦੀ ਹਾਸੋਹੀਣੀ, ਇਹ ਜਿਹੜਾ ਇਸ ਨੂੰ ਇਸ ਦੇ ਮਨੋਵਿਗਿਆਨ ਦੇ ਪਿੱਛੇ ਜਾ ਕੇ ਦੇਖੇ ਵੀ ਇਹ ਗੱਲ ਕੀ ਕਹਿ ਰਿਹਾ। ਇਹ ਗੁਰੂ ਨੂੰ ਚੁਣੌਤੀ ਦੇ ਰਿਹਾ, ਸੰਗਤ ਨੂੰ, ਸੰਗਤ ਤਾਂ ਆਪ ਗੁਰੂ ਰੂਪ ਹੈ, ਉਸ ਨੂੰ ਚੁਣੌਤੀ ਦੇ ਰਿਹਾ ਔਰ ਕਹਿ ਰਿਹਾ ਵੀ ਮੈਂ ਹੀ ਇਕੱਲਾ ਹਾਂਗਾ। ਜਾਂ ਇਹ ਕਦੇ ਸੰਸਾਰ ਦੇ ਉੱਤੇ ਇਸ ਤਰ੍ਹਾਂ ਦਾ ਸਿਚੁਏਸ਼ਨ ਆਇਆ ਕਿਸੇ ਸਿੱਖ ਨੇ, ਕਿਸੇ ਬੰਦੇ ਨੇ, ਕਿਸੇ ਵੀ ਜਰਨੈਲ ਨੇ, ਫੌਜੀ ਨੇ, ਬਾਦਸ਼ਾਹ ਨੇ ਕੋਈ ਇਹੋ ਜਿਹੇ ਦਾਅਵੇ ਕੀਤੇ ਆ ਕਦੇ? ਯਾਨੀ ਇਸ ਤਰ੍ਹਾਂ ਦੀਆਂ ਹਾਸੋਹੀਣੀਆਂ ਗੱਲਾਂ ਇਹ ਲੋਕ ਕਰ ਰਹੇ ਨੇ ਔਰ ਸਾਨੂੰ ਕਹਿੰਦੇ ਨੇ ਕਿ ਸਾਡੇ ਆਗੂ ਹਨਗੇ, ਫਿਰ ਇਹ ਸਾਨੂੰ ਵਰਗਲਾ ਕੇ ਸਾਡੇ ਕੋਲੋਂ ਵੋਟਾਂ ਲੈ ਲੈਣਗੇ, ਜਾਂ ਅਸੀਂ ਇਹ ਸਮਝ ਕੇ ਵੀ ਇਹ ਜਿਵੇਂ ਮੁਰਦਾ ਘਰੋਂ ਕੱਢਣਾ ਹੁੰਦਾ, ਇਹ ਵੋਟ ਤਾਂ ਸ਼ਾਮ ਤਾਈਂ ਕਿਸੇ ਨੂੰ ਸਿੱਟਣੀ ਹੈ, ਇਹਨਾਂ ਨੂੰ ਪਾ ਦਿਓ, ਇਹ ਪਾ ਦੇਣਗੇ ਤੇ ਫਿਰ ਇਹ ਤਮਾਸ਼ਾ ਚੱਲਦਾ ਰਹੇਗਾ। ਮੈਨੂੰ ਅਜੇ ਤੱਕ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ, ਮੈਨੂੰ ਸਿਰਫ ਇੱਕ ਨੌਜਵਾਨ ਇਸ ਮੁੰਡੇ ਦੇ ਉੱਤੇ ਉਮੀਦ ਸੀ ਕਿ ਸ਼ਾਇਦ ਇਹ ਇਸ ਤਰ੍ਹਾਂ ਕਰੇਗਾ ਕਿ ਸਾਨੂੰ ਇਹਨੂੰ ਪਤਾ ਲੱਗ ਜਾਏਗਾ ਕਿ ਇਹ ਸਾਰੀ ਮਾਰ ਸਿਆਸਤ ਦੀ ਹੈ, ਇਹ ਸਾਰਾ ਜਿਹੜੀ ਫਸਲ ਖਰਾਬ ਕੀਤੀ ਹੈ ਸਿਆਸਤ ਨੇ ਕੀਤੀ ਹੈ ਔਰ ਸਿਆਸਤ ਦੇ ਪਾਣੀ ਨਾਲ ਹੀ ਇਸ ਫਸਲ ਨੇ ਮੁੜ ਕੇ ਹਰਾ ਭਰਾ ਹੋਣਾ। ਜੇ ਇੰਨੀ ਗੱਲ ਇਹ ਸਮਝ ਆਏ ਤਾਂ ਸ਼ਾਇਦ ਇਹ ਕੁਛ ਸਵਾਰ ਸਕਦਾ ਦੂਸਰਿਆਂ ਦੇ ਨਾਲ ਮਿਲ ਕੇ। ਇਕੱਲਾ ਆਦਮੀ ਇੱਥੇ ਕੋਈ ਕੁਛ ਨਹੀਂ ਕਰ ਸਕਦਾ, ਉਹ ਕਹਿੰਦੇ ਨਾ ਕਿ ਇਕੱਲੇ ਚਨੇ ਨੇ ਕਿਹੜਾ ਪਹਾੜ ਭੰਨ ਦੇਣੀ, ਇਹ ਉਹ ਨਹੀਂ ਹੋ ਸਕਦਾ। ਸੋ ਜੇ ਅਰਦਾਸ ਕਰੀਏ ਆਪਾਂ ਵੀ ਰੱਬ ਇਸ ਤਰ੍ਹਾਂ ਕਰੇ ਜੀ। ਸਰਦਾਰ ਸਾਹਿਬ ਮੇਰਾ ਆਖਰੀ ਸਵਾਲ ਹੈ, ਤੁਸੀਂ ਸੁਣਿਆ ਹੋਣਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕੀ ਕਿਹਾ, ਤੇ ਦੂਜਾ ਜਿਹੜਾ ਇੱਕ ਨਵਾਂ ਸਿਆਸੀ ਕਹਿ ਸਕਦੇ ਹਾਂ ਕਿ ਇੱਕ ਭੁਚਾਲ ਟਾਈਪ ਵੀ ਆ ਕਿ ਇਹਨਾਂ ਨੂੰ ਝਟਕਾ ਵੀ ਲੱਗ ਸਕਦਾ, ਕਿ ਕੁਮਾਰੀ ਮਾਇਆਵਤੀ ਹੋਰਾਂ ਨੇ ਕਿਹਾ ਕਿ ਸਾਡੀ ਜਿਹੜੀ ਪਾਰਟੀ ਹੈ ਬਸਪਾ ਉਹ ਅੱਗੋਂ ਕਿਸੇ ਵੀ ਪਾਰਟੀ ਦੇ ਨਾਲ ਰਲ ਕੇ ਚੋਣ ਨਹੀਂ ਲੜੇਗੀ। ਮਤਲਬ ਕਿ ਅਕਾਲੀ ਦਲ ਦੇ ਨਾਲ ਜਿਹੜਾ ਗੱਠਜੋੜ ਕੀਤਾ ਸੀਗਾ 2024 ਜਾਂ ਉਸ ਤੋਂ ਪਹਿਲਾਂ ਜਿੱਥੇ ਵੀ ਇਲੈਕਸ਼ਨ ਹੋਣੀਆਂ, ਹਾਲਾਂਕਿ ਪੰਜਾਬ ਦੀਆਂ ਜਿਹੜੀਆਂ 2024 ਤੋਂ ਬਾਅਦ 27 ਜਿਹੜੀਆਂ ਇਲੈਕਸ਼ਨ ਵੀ ਆਉਣੀਆਂ, ਪਰ ਉਹਨਾਂ ਨੇ ਸਾਫ਼ ਕਰਤਾ
कि ना लोक सभा ना विधानसभा। देखो मायावती जी का बेचारे पता नहीं किस तरह उन्होंने चंगुल दे विच फसे हुए है, उन्होंने काम किए हुए है जिन्हों का करके वो किसी का साथ नहीं दे सक रही। उसनू पता है सारे मसले का और उसनू अपनी कौम का भी पता है कि किस तरह नालों दुख झेल रही है। उन्हूं यह भी पता है कि जे ये हिंदुत्व का राज आ जाता है मुड़ के तो फिर जेडे एक सब तो वध दुख झेलने पैणगे वो उसकी कौम नू जिन्हें उन्हें जिम्मेवारी ली सी दलित कौम की, इन्ह जिन्हों नीवियां जातां कहिंदे ने इन्हां दे उत्ते ही सारे दुख आने न। और फिर भी वो उन्हां दे समर्थन करन वास्ते बजेद है तो कुछ कह नहीं सकते, उसकी कोई सियासत हो सकती है या उसका कोई अपने बचाव का पैंतरा हो सकता है। मैनू तो यह लगता है कि जिवें नीतीश कुमार वर्गे हन गए, लालू प्रसाद यादव वर्गे, तेजस्वी यादव वर्गे, जे ये कोई इस तरह की गठजोड़ बना लेंगे बीबी वो अपनी बंगाल की चीफ मिनिस्टर हैगी, ये सारे इकट्ठे होकर बना लेंगे तो मुकाबला कर दें तो अपने लोगों को इन्हों का साथ देना चाहिए जिते जिते भी बाहर बैठे न, इतने अपना अकाली दल बना चाहिए। बाकी जी राहुल गांधी की जी यात्रा चल रही है ये हूँ उस वे भी मान हूँ यदा सपोर्ट कर रहा है या विंगे टेढ़े तरीके कर रहा है, उस वे भी यह कांग्रेस के हक के भी और राजीव गांधी के कहने के उत्ते इसने पार्लीमेंट के सिखा की गल नहीं उठन दी जिस वे कि बहुत जरूरत सी इस चीज़ को उठाने की। राहुल गांधी के बारे आप कोई नैगेटिव गल नहीं कह सकते, जड़ा कुछ वो कर रहा वो ठीक कर रहा अपनी पार्टी वास्ते ठीक कर रहा, लेकिन उसकी पार्टी जी है वो अपने वास्ते ठीक किन्नी क है इसका अजे ती कोई असी कोई इस बारे यकीन नहीं कह सकते कि साढ़े वास्ते बहुत फायदेमंद रहेगी, क्योंकि इन्होंने हुण तक जो किया है साढ़े नाल माड़ा ही किया है, असी जो किया है देश के नाल और पंजाब वास्ते वो सारा कुछ चंगा किया है, इन्होंने जो कुछ किया साढ़े नाल वो माड़ा किया, पंजाबी सूबे का वध तो वध विरोध किया, फिर जिहड़ा दरबार साहब के उत्ते हमला किया, साड़ी एक प्रोपोजिशन सी साढ़े एक मसले सन कि आ मसले हल कर दौ, इन्होंने उसनों दरबार साहब के हमले तक ले गए और उत्ते गोलियां नाल साढ़े किन्ने बंदे इन्होंने शहीद करते सन, जरनैल सिंह वर्गा बंदा मुड़ के दोबारे आना है, सदियां बीत जाणगियां जदों ताईं मुड़ के कोई इहो जिहा प्रगट होएगा, तो इन्होंने उसनों मिनट के खपा के मिट्टी करता। सो ये लोगों के नाल थोड़ा जा तुरन तो इन्हां दी तारीफ करन तो डर लगता है। शुक्रिया सरदार साहब, धन्यवाद तुहाडा।